सरकार बनने जा रही है हम नहीं तय करेंगे आप तय करो कि सीएम चेहरा कौन होना चाहिए जिसको आप कहोगे हम उसको सीएम चेहरा बनाएंगे सर ਤੁਸੀਂ ਕਿਹਨੂੰ सीएम ਚਿਹਰਾ ਦੇਖਣਾ ਚਾਹੁੰਦੇ ਹੋ ਆਪ ਦਾ ਆਪ ਦਾ ਭਗਵੰਤ ਮਾਨ ਸਰ ਤੁਸੀਂ ਤੁਸੀਂ ਕਿਹਨੂੰ ਚਾਹੁੰਦੇ ਹੋ ਆਮ ਆਦਮੀ ਦਾ सीएम ਚਿਹਰਾ ਭਗਵੰਤ ਮਾਨ ਜਨਤਾ ਕੀ ਜਾਊਗੀ ਇੱਕ ਬੈਠੇ ਦੇ ਉੱਪਰ ਨੇ ਸਾਰੇ ਉਹਨਾਂ ਹੀ ਡਿਕਲੇਅਰ ਕਰਨਾ ਵੀ ਇਹਨੂੰ सीएम ਚਿਹਰਾ ਕਿਹੜਾ ਦੇਣਾ ਹੈ ਇਹ ਮੁੰਨਾ ਬੰਦਾ ਆ ਜੋ ਅਰਵਿੰਦ ਕੈਰੀਅਰ ਫੈਸਲਾ ਲੁਗਾ ਆਮ ਜਨਤਾ ਨਾਲ ਕੋਈ ਨਹੀਂ ਹੋਣਾ ਕਰੋਗੇ ਮੈਸੀਜ ਜਾਂ ਕਾਲ ਨਹੀਂ ਭਾਜੀ ਆਪਾਂ ਕੀ ਕਰਨਾ ਇਹ ਤੇ ਕੇਜਰੀਵਾਲ ਸਾਹਿਬ ਦੇ ਹੱਥ ਡੋਰਿਆ ਵੇਖੋ ਭਗਵੰਤ ਮਾਨੀ ਆ ਆਫੀਸ਼ੀਅਲੀ ਤੁਸੀਂ ਤੁਸੀਂ ਕਿਉਂ ਜਾਣਿਓ ਭਗਵੰਤ ਮਾਨ ਮੈਂ ਨਾ ਇਮਾਨਦਾਰ ਆ ਇਹ ਬੰਦਾ ਬੰਦਾ ਆਪਣਾ ਸਾਰਾ ਕੁਝ ਛੱਡ ਕੇ ਸਿਆਸਤ ਵਿੱਚ ਆਇਆ ਵਾ ਉਹਨੇ ਬਹੁਤ ਕੁਝ ਵੇਖਿਆ ਬੰਦੇ ਨੇ ਭਾਈ ਦਾ ਚੰਨੀ ਜਾਂਦੇ ਬਣ ਜੇ ਚੰਨੀ ਸਾਡਾ ਬਿਲਕੁਲ ਮਾਫੀ ਦਿੱਤੇ ਆ ਹੋਰੀ ਦਿੰਦਾ ਇਹਦਾ ਕਰਜ਼ਾ ਮਾਫ਼ ਕਰ ਦੇਣਾ ਜਿਸ ਕੋ ਆਪ ਕਹੋਗੇ ਹਮ ਉਸ ਕੋ ਸੀਐਮ ਚਿਹਰਾ ਬਣਾਏਗੇ ਅਸੀਂ ਦਖਸ਼ਮਨੀ ਕਾਲੀਦਾਲ ਦੇ ਬੱਚੇ ਆ ਅਸੀਂ ਤਾਂ ਸੁਖਬੀਰ ਬਾਦਨ ਨੂੰ ਹੀ ਚਾਹੁੰਦੇ ਆ ਇਹ ਕਾਹ ਪਾਰਟੀ ਨਾਲ ਸਾਡਾ ਕੋਈ ਲਾ ਲਖਾ ਦੇਖਣੀ ਆ ਪਰ ਜਿੰਨੀ ਭਗਵੰਤ ਮਾਨ ਨੇ ਮਿਹਨਤ ਕੀਤੀ ਆ ਸੀਐਮ ਦੇ ਚਿਹਰੇ ਵਾਸਤੇ ਉਹੋ ਹੀ ਠੀਕ ਆ ਸੀਐਮ ਚਿਹਰਾ ਕਿਉਂ ਚਾਹੁੰਦੇ ਹੋ ਜੀ ਤੁਹਾਨੂੰ ਇੱਕ ਬਸ ਨਾਲੇ ਪੰਜਾਬ ਦਾ ਚਿਹਰਾ ਭਗਵੰਤ ਮਾਨ ਸਭ ਨੂੰ ਪਤਾ ਪੰਜਾਬ ਦੇ ਮਾਹੌਲ ਚਾਲ ਕੀ ਇਹਨੂੰ ਸਾਰੇ ਦੁੱਖ ਦਰਦ ਪਤਾ ਹੈ ਬਾਹਰ ਲਾਹੌਰ ਕੇ ਨੂੰ ਆ ਕੇ ਖਲਾਦਨ ਕੀ ਫਾਇਦਾ ਹੈ ਭਗਵੰਤ ਮਾਨ ਸਭ ਤੋਂ ਵਧੀਆ ਜੀ ਕਹਿਣੀ ਤੇ ਕਥਨੀ ਚ ਪੱਕਾ ਆ ਤੇ ਇੱਕ ਨਵਾਂ ਚਿਹਰਾ ਨਾਲੇ ਮਿਲੂਗਾ ਪੰਜਾਬ ਨੂੰ ਲੋਕ ਜਿਹੜੇ ਆਕ ਚੁੱਕੇ ਇਹਨਾਂ ਦੋਹਾਂ ਪਾਰਟੀਆਂ ਤੋਂ ਤੇ ਝੂਠੇ ਵਾਦੇ ਝੂਠਾ ਸਭ ਕੁਝ ਤੇ ਦੁਨੀਆ ਬੜੀ ਸਤਾਈ ਹੋਈ ਆ ਅਸੀਂ ਤਾਂ ਜੀ ਆਮ ਪਾਰਟੀ ਨੂੰ ਨਹੀਂ ਵੋਟ ਪਾਉਂਦੇ ਨਹੀਂ ਤੁਸੀਂ ਜੇ ਸੀਐਮ ਚਿਹਰਾ ਦੇਖਣਾ ਚਾਹੁੰਦੇ ਹੋ ਕਿਹਨੂੰ ਦੇਖਣਾ ਚਾਹੋਗੇ ਆਮ ਆਦਮੀ ਪਾਰਟੀ ਵੱਲ ਕਿਸੇ ਨੂੰ ਨਹੀਂ ਤੁਸੀਂ ਕਿਹਨੂੰ ਵੋਟ ਪਾਉਣ ਵਾਲਿਆ ਅਸੀਂ ਕਾਲੀ ਦਾ ਵੱਲ ਆਮ ਆਦਮੀ ਵੱਲੋਂ ਤਾਂ ਭਗਵੰਤ ਮਾਨ ਨੂੰ ਚਾਹਾਂ ਕਿਉਂਕਿ ਉਹ ਪੰਜਾਬ ਦਾ ਆਪਣੇ ਤੇ ਉਹਨੂੰ ਮੌਕਾ ਦਿੱਤਾ ਜਾਵੇ ਕਿਰਾਂ ਤੇ ਵੇਖਿਆ ਜਾ ਸਕਦਾ ਹੈ ਭਗਵੰਤ ਮਾਨ ਦੀਆਂ ਨੇ ਭਗਵੰਤ ਮਾਨ ਨੂੰ ਚਾਹੁੰਦੇ ਹੋ ਉਹ ਪੁਰਾਣਾ ਚਿਹਰਾ ਹੈ ਉਹਨੇ ਮਿਹਨਤ ਬੜੀ ਕੀਤੀ ਹੈ ਬਹੁਤ ਪਾਰਟੀ ਦੇ ਨਾਲ ਨਿਭਿਆ ਜਿਹੜੇ ਬੰਦੇ ਬਹੁਤ ਜਿਹੇ ਭੱਜ ਗਏ ਆ ਬਾਕੀ ਉਹ ਬੰਦਾ ਬਹੁਤ ਨਰਸ ਆਤਕੀ ਕਿਹੜੀ ਪਾਰਟੀ ਨਾਲ ਖੜੇ ਹੋ ਤੁਸੀਂ ਇਹ ਤਾਂ ਕਾਂਗਰਸ ਨਾਲ ਖੜੇ ਆ ਭਗਵੰਤ ਮਾਨੀ ਬੰਦਲ ਤੁਸੀਂ ਕਿਉਂ ਜਾਣਿਓ ਕੀ ਕਾਰਨ ਆ ਭਗਵੰਤ ਮਾਨ ਦੇਖਣ ਤੋਂ ਕਿਉਂਕਿ ਉਹ ਪਾਰਟੀ ਦਾ ਪੁਰਾਣਾ ਵਰਕਰ ਸ਼ੁਰੂ ਤੋਂ ਆਉਣ ਡਿਆ ਪਾਰਟੀ ਦੀ ਮੁਦਦ ਦੇ ਕਰਨ ਡਿਆ ਹਰ ਪੱਖੋਂ ਪਾਰਟੀ ਸ਼ਟਾਰਟ ਕੀਤੀ ਉਹਨੇ ਸ਼ੁਰੂ ਤੋਂ ਕੰਮ ਕੀਤਾ ਲੋਕਾਂ ਦੇ ਵਿੱਚ ਰਿਹਾ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਨੇ ਵੱਖ-ਵੱਖ ਪਾਰਟੀਆਂ ਦੇ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਨੇ ਇਸ ਦੌਰਾਨ ਇੱਕ ਵੱਡੀ ਖਬਰ ਨਿਕਲ ਕੇ ਆਉਂਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਐਲਾਨ ਕਰਦੇ ਆ ਪੰਜਾਬ ਦੇ ਦੌਰੇ ਤੇ ਆ ਕੇ ਕਿ ਪੰਜਾਬ ਦੇ ਲੋਕ ਤੈਅ ਕਰ ਸਕਦੇ ਆ ਕਿ ਸੀਐਮ ਚਿਹਰਾ ਪੰਜਾਬ ਦਾ ਸੀਐਮ ਚਿਹਰਾ ਕੌਣ ਹੋਊਗਾ ਇੱਕ ਉਹਨਾਂ ਨੇ ਨੰਬਰ ਲਾਗੂ ਕੀਤਾ ਜਿਸ ਤੇ ਲੋਕ ਆਪਣਾ ਐਸਐਮਐਸ ਤੇ ਕਾਲ ਕਰਕੇ ਦੱਸ ਸਕਦੇ ਆ ਕਿ ਸੀਐਮ ਚਿਹਰਾ ਉਹ ਕਿਹਨੂੰ ਚਾਹੁੰਦੇ ਆ ਆਓ ਲੋਕਾਂ ਦੀ رائے ਜਾਣਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਸੀਐਮ ਚਿਹਰਾ ਕਿਹਨੂੰ ਦੇਖਣਾ ਚਾਹੁੰਦੇ ਨੇ ਬਾਬਾ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹੁਣੇ ਐਲਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਜਨਤਾ ਤੈਅ ਕਰੂਗੀ ਸੀਐਮ ਚਿਹਰਾ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਅਸੀਂ ਜੀ ਆਪ ਨੂੰ ਦੇਖਣਾ ਚਾਹੁੰਦੇ ਆ ਆਪ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਆਪ ਨੂੰ ਜਾਂ ਭਗਵੰਤ ਮਾਨ ਹੋਵੇ ਜਾਂ ਹੋਰ ਕੋਈ ਹੋਵੇ ਕੋਈ ਵੀ ਬਣਾ ਲਿਓ ਕੋਈ ਇੱਕ ਧਾਮ ਲੈਣਾ ਹੋਵੇ ਤਾਂ ਕੀ ਤਾਂ ਲਾਉਂਗੇ ਤੁਸੀਂ ਇਹ ਤਾਂ ਪਾਰਟੀ ਨੇ ਬਣਾਉਣਾ ਹੈ ਸੀਐਮ ਬਾਬਾ ਜੀ ਉਹਨਾਂ ਨੇ ਕਿਹਾ ਜਨਤਾ ਤੈਅ ਕਰੂਗੀ ਉਹਨਾਂ ਨੇ ਨੰਬਰ ਦਿੱਤਾ ਫੋਨ ਨੰਬਰ ਦਿੱਤਾ ਉਹਦੇ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜੇਕਰ ਪਾਰਟੀ ਜਿੱਤੂਗੀ ਤੇ ਸੀਐਮ ਆਪੇ ਬਣ ਜਾਣਾ ਹੈ ਸਰ ਨਾਲ ਉੱਤੇ ਭਗਵੰਤ ਮਾਨ ਠੀਕ ਹੈ ਜੀ ਥੈਂਕ ਯੂ ਬਾਬਾ ਜੀ ਤੁਸੀਂ ਕਿਹਨੂੰ ਦੇਖਣਾ ਜਾਓਗੇ ਸੀਐਮ ਚਹਿਰਾ ਅਸੀਂ ਕਿਨੇ ਜਿਹੜਾ ਵੀ ਕੋਈ ਪੜਿਆ ਲਿਖਿਆ ਹੋਵੇ ਤੁਸੀਂ ਤੁਹਾਡੇ ਹੱਥਾਂ ਜਾ ਤੁਸੀਂ ਇੱਕ ਨਾਮ ਲਾਉਂਗੇ ਤਾਂ ਕਿਹਦਾ ਲਾਉਂਗੇ ਨਾ ਕਿਸੇ ਦਾ ਨਹੀਂ ਲੈ ਸਕਦੇ ਜਿਹੜਾ ਵੀ ਤੁਹਾਡਾ ਕੋਈ ਪੜਿਆ ਲਿਖਿਆ ਆਦਮੀ ਹੋਊਗਾ ਤੁਸੀਂ ਉਹਨੂੰ ਬਣਾਓ ਤੁਸੀਂ ਫਿਰ ਉਹ ਨੰਬਰ ਤੇ ਕਾਲ ਨਹੀਂ ਕਰੋਗੇ ਕੋਈ ਮੈਸੇਜ ਕਰਾਂਗੇ ਜ਼ਰੂਰ ਕਰਾਂਗੇ ਫਿਰ ਉਹਦੇ ਤੇ ਤੁਸੀਂ ਇੱਕ ਨਾਮ ਦੱਸਣਾ ਹੋਊਗਾ ਉਹ ਤਾਂ ਜਿਹੜਾ ਵੀ ਕੋਈ ਤੁਹਾਨੂੰ ਚੰਗਾ ਲੱਗੂ ਉਸ ਨੂੰ ਨਾਲ ਲਵਾਂਗੇ ਅੱਜ ਕਿਹੜਾ ਚੰਗਾ ਲੱਗਦਾ ਹੁਣ ਕੀ ਪਤਾ ਕਿਹੜਾ ਤੁਸੀਂ ਬਣਾਉਣਾ ਕਿਹੜਾ ਨਹੀਂ ਬਣਨਾ ਉਹ ਤਾਂ ਤੁਹਾਡੇ ਹੱਥਾਂ ਜਾਂ ਤੁਸੀਂ ਕਿਹਨੂੰ ਲਾਉਂਦੇ ਨਹੀਂ ਜਦੋਂ ਐਡਵਾਂਸ ਆਊਗਾ ਫਿਰ ਪਤਾ ਲੱਗੂਗਾ ਕੌਣ ਆ ਬਾਕੀ ਕੌਣ ਨਹੀਂ ਆਉਂਦਾ ਪੱਕਾ ਇਹ ਤਾਂ ਕੋਈ ਨਹੀਂ ਸਰ ਉਹਨਾਂ ਨੇ ਕਿਹਾ ਜਨਤਾ ਤੈਅ ਕਰੂਗੀ ਇੱਕ ਨਾਮ ਦਊਗੀ ਤੁਸੀਂ ਕੀ ਦਾ ਲਓਗੇ ਇੱਕ ਨਾਮ ਅਸੀਂ ਕਿਹੇ ਦਾ ਅਸੀਂ ਤਾਂ ਹੀ ਸਿਰ ਜਿਤਾਉਣਾ ਆ ਅਸੀਂ ਨਾਮ ਹੀ ਲੈਣਾ ਕਹੇ ਦੀ ਪਰ ਪਾਰਟੀ ਨੂੰ ਜਿਤਾ ਕੇ ਰਾਜੀ ਆ ਇਹ ਨਹੀਂ ਕਹਿੰਦੇ ਕਿ ਪਾਰਟੀ ਜਿੱਤੇਗਾ ਤੁਸੀਂ ਕਿਸੇ ਨੂੰ ਸੀਐਮ ਚਹਰਾ ਨਹੀਂ ਦੇਖਣਾ ਚਾਹੁੰਦੇ ਨਹੀਂ ਕਹਿੰਦੇ ਕੋਈ ਵੀ ਹੋਵੇ ਕੋਈ ਉਹ ਕੋਈ ਵੀ ਚੋਂ ਇੱਕ ਨਾਮ ਲਓ ਇੱਕ ਨਾਮ ਕਿਹਦਾ ਲੈ ਲਈਏ ਕੋਈ ਵੀ ਤੁਹਾਡੇ ਮਨ ਚ ਹੋਊਗਾ ਅਸੀਂ ਕਿਹਨੇ ਭਗਵੰਤ ਮਾਨੂ ਬਣਾ ਦਿਓ ਫਿਰ ਠੀਕ ਹੈ ਜੀ ਭਗਵੰਤ ਮਾਨ ਕਹਿ ਰਹੇ ਹੋ ਤੁਸੀਂ ਠੀਕ ਹੈ ਜੀ ਸਰ ਤੁਸੀਂ ਕਿਹਨੂੰ ਸੀਐਮ ਚਹਰਾ ਦੇਖਣਾ ਚਾਹੁੰਦੇ ਹੋ ਆਪ ਦਾ ਆਪ ਦਾ ਜੀ ਹਾਂ ਜੀ ਆਪ ਦਾ ਭਗਵੰਤ ਮਾਨ ਜੀ ਠੀਕ ਹੈ ਤਰ ਤੁਸੀਂ ਤੁਸੀਂ ਕਿਹਨੂੰ ਚਾਹੁੰਦੇ ਹੋ ਆਮ ਆਦਮੀ ਦਾ ਸੀਐਮ ਚਹਿਰਾ ਭਗਵੰਤ ਮਾਨ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜਨਤਾ ਤੈਅ ਕਰੂਗੀ ਸੀਐਮ ਚਹਿਰਾ ਆਪ ਦਾ ਤਾਂ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਸੀਐਮ ਚਹਿਰਾ ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦਾ ਵਾਂ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਮੈਂ ਯਾਨੀ ਕਿ ਬੀ ਬਹੁਤ ਕੈਂਡੀਡੇਟ ਬਹੁ ਵਧੀਏ ਸਾਡੇ ਜਿਹੜੇ ਸਰਦਾਰ ਵਿਰਸਾ ਸਿੰਘ ਜੀ ਬਲਟੋਆ ਜੀ ਠੀਕ ਆ ਜੀ ਬਹੁਤ ਵਧੀਆ ਕੈਂਡੀਡੇਟ ਆ ਸਾਡੇ ਸਾਨੂੰ ਉਹਨਾਂ ਤੇ ਮਾਣ ਆ ਅਸੀਂ ਇਨਾ ਜਿਹੜਾ ਕਾਂਗਰਸ ਜਿਹੜੀ ਸਰਕਾਰ ਆ ਇਹਨਾਂ ਗਲਤ ਨੀਤੀਆਂ ਤੋਂ ਚੱਲਦਾ ਹੋਇਆ ਅਸੀਂ ਆਪਣਾ ਜਿਹੜਾ ਸਾਡਾ ਐਮਐਲਏ ਆ ਅਸੀਂ ਸਰਦਾਰ ਵਿਰਸਾ ਸਿੰਘ ਜੀ ਨੂੰ ਚਾਹੁੰਦੇ ਆ ਦਿਲੋਂ ਪਿਆਰ ਕਰਦੇ ਆ ਸਾਡਾ ਜਿਹੜਾ ਵਾ ਜਿੰਨਾ ਸਾਡਾ ਹਲਕਾ ਖੀਮ ਕਰਨੇ ਆ ਇਹ ਛੋਟੇ ਤੋਂ ਲੈ ਕੇ ਵੱਡੇ ਤੋਂ ਲੈ ਕੇ ਬਜ਼ੁਰਗ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਆ ਸਰਦਾਰ ਵਿਰਸਾ ਸਿੰਘ ਜੀ ਵਲਟੋਹਾ ਜੀ ਤੁਸੀਂ ਵਿਰਸਾ ਸਿੰਘ ਵਲਟੋਹਾ ਜੀ ਨੂੰ ਚਾਹੁੰਦੇ ਹੋ ਸੀਐਮ ਚੇਰਾ ਆਪ ਦਾ सीएम ਸਾਡੇ ਸੁਖਬੀਰ ਸਿੰਘ ਜੀ ਬਾਦਲ ਜੀ ਸਾਡੇ ਹਲਕੇ ਦੇ ਐਮਐਲਏ ਜਿਹੜੇ ਸਰ ਆਪ ਦੀ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀਆਂ ਮੈਂ ਨਹੀਂ ਆਮ ਆਦਮੀ ਨਾਲ ਤੇ ਅਸੀਂ ਸ਼ੁਰੂ ਤੋਂ ਹੀ ਨਹੀਂ ਹੋ ਗਿੰਦੇ ਠੀਕ ਹੈ ਜੀ ਥੈਂਕ ਯੂ ਸਰ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਸੀਐਮ ਚਿਹਰਾ ਜਨਤਾ ਡਿਸਾਈਡ ਕਰੂਗੀ ਜਨਤਾ ਚੁਣ ਸਕਦੀ ਹੈ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਸੀਐਮ ਚਿਹਰਾ ਚੰਗਾ ਕੰਮ ਕਰੇ ਅਸੀਂ ਤੇ ਉਹਨੂੰ ਚੰਗਾ ਕੰਮ ਤੁਸੀਂ ਜੇ ਇੱਕ ਨਾਮ ਲੈਣਾ ਹੋਵੇ ਕਿਹਦਾ ਲਾਉਂਗੇ ਨਾਮ ਤੇ ਚਲੋ ਅਗਲੇ ਪਾਸੇ ਆਮ ਆਦਮੀ ਪਾਰਟੀ ਦਾ ਸੀਐਮਚਾਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਸੀਐਮਚਾਰਾ ਕਿਹਨੂੰ ਦੇਖਣਾ ਦੇਖਣਾ ਚਾਹੋਗੇ ਕੌਣ ਚਾਹੁੰਦੇ ਹੋ ਸੀਐਮ ਬਣੇ ਪੰਜਾਬ ਦਾ ਆਮ ਆਦਮੀ ਪਾਰਟੀ ਚੋਂ ਆਮ ਆਦਮੀ ਪਾਰਟੀ ਜਿਹੜਾ ਜੋ ਵੀ ਕੋਈ ਉਹਨਾਂ ਨੂੰ ਬਣਾਉਂਦਾ ਚਾਹੋ ਦੀ ਆਮ ਆਦਮੀ ਪਾਰਟੀ ਬਣਾਉਂਦਾ ਬਾਬਾ ਜੀ ਜੇ ਇੱਕ ਨਾਮ ਲੈਣਾ ਹੋਵੇ ਤੁਸੀਂ ਕਿਹਨੂੰ ਚੁਣੋਗੇ ਮੈਨੂੰ ਮੈਂ ਇਨਾ ਪੜਿਆ ਲਿਖਿਆ ਨਹੀਂ ਮੈਨੂੰ ਜਾਂ ਭਗਵਾਨ ਤਮਾਮ ਜਾਂ ਹੋਰ ਕੋਈ ਆਉਂਦੇ ਆ ਮੈਨੂੰ ਇਨੇ ਨਾਮ ਨਹੀਂ ਤੁਸੀਂ ਭਗਵਾਨ ਤਮਾਮ ਨੂੰ ਚਾਹੁੰਦੇ ਹੋ ਉਹ ਬਣਾਵਾ ਨੀ ਪਾਰਟੀ ਦਾ ਸੀਐਮ ਆ ਬਾਂਜਣ ਤੇ ਚਲੋ ਬਹੁਤ ਚੰਗੀ ਗੱਲ ਆ ਕੀ ਕਾਰਨ ਕੀ ਹੈ ਕਿਉਂ ਚਾਹੁੰਦੇ ਹੋ ਭਗਵਾਨ ਤਮਾਮ ਨੂੰ ਮੌਕਾ ਦੇਣਾ ਚਾਹੀਦਾ ਕੋਈ ਨਹੀਂ ਮੌਕਾ ਨਾ ਮੌਕਾ ਦੇਣ ਨੂੰ ਅੱਗੇ ਮੇਰੀ ਇੰਨੀ ਮੋਰ ਹੋ ਗਈ ਆ ਤੇ ਮੌਕੇ ਦਿੰਦੇ ਆ ਸਾਰਿਆਂ ਨੂੰ ਮੌਕੇ ਦਿੰਦੇ ਆ ਸਰ ਆਮ ਆਦਮੀ ਪਾਰਟੀ ਦਾ ਹੁਣੇ ਐਲਾਨ ਹੋਇਆ ਹੈ ਕੀ ਦਿਵਲ ਸਾਹਿਬ ਨੇ ਐਲਾਨ ਕੀਤਾ ਕਿ ਜਨਤਾ ਤੈ ਕਰੂਗੀ ਸੀਐਮ ਚਹਿਰਾ ਆਮ ਆਦਮੀ ਪਾਰਟੀ ਦਾ ਤਾਂ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਸੀਐਮ ਚਹਿਰਾ ਆਮ ਆਦਮੀ ਪਾਰਟੀ ਵੱਲੋਂ ਦੇਖੋ ਜੀ ਅੱਜ ਦੇ ਤਰੀਕ ਦੇ ਵਿੱਚ ਜੇ ਵੇਖਿਆ ਹੋਏ ਤਾਂ ਫਿਰ ਭਗਵੰਤ ਜੀ ਮਾਣੀ ਬੰਦਾ ਤੁਸੀਂ ਕਿਉਂ ਚਾਹੁੰਦੇ ਹੋ ਕੀ ਕਾਰਨ ਹੈ ਭਗਵੰਤ ਜੀ ਦੇਖਣ ਦਾ ਕਿਉਂਕਿ ਉਹ ਪਾਰਟੀ ਦਾ ਪੁਰਾਣਾ ਵਰਕਰ ਸ਼ੁਰੂ ਤੋਂ ਆਉਣ ਡਿਆ ਪਾਰਟੀ ਦੀ ਮਦਦ ਵੀ ਕਰਨ ਡਿਆ ਹਰ ਪੱਖੋਂ ਚੰਗੇ ਵੀ ਸਵਾਲ ਕਰਨ ਡਿਆ ਜੋ ਆਪ ਸਰ ਤੁਹਾਡਾ ਕੀ ਖਿਆਲ ਹੈ ਸੀਐਮ ਚਿਹਰਾ ਕੌਣ ਬਣੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਵੇਖੋ ਜੀ ਜਿਹੜਾ ਜਿੰਨੇ ਕੰਮ ਕਰਨਾ ਚੰਗਾ ਕੰਮ ਕਰਨਾ ਉਸ ਨੇ ਅੱਗੇ ਆਉਣਾ ਹਾਲੇ ਤਾਂ ਕੋਈ ਨਜ਼ਰ ਨਹੀਂ ਆਉਂਦੀ ਸੀਐਮ ਨੇ ਐਲੋਸ ਨਹੀਂ ਕੀਤਾ ਹਾਲੇ ਉਹਨਾਂ ਨੇ ਸਰ ਉਹਨਾਂ ਨੇ ਕਿਹਾ ਜਨਤਾ ਤੈਅ ਕਰੂਗੀ ਕਿ ਸੀਐਮ ਚਿਹਰਾ ਕੌਣ ਬਣੇ ਤਾਂ ਤੁਸੀਂ ਕਿਹਨੂੰ ਦੇਖਣਾ ਚਾਹੋਗੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਤਾਂ ਭਗਵੰਤ ਮਾਨ ਹੀ ਸੀ ਬਾਅਦ ਚ ਮੁੜ ਕੇ ਹੋਰ ਕਈ ਨਾ ਕਈ ਆ ਗਏ ਕੀ ਕਾਰਨ ਹੈ ਭਗਵੰਤ ਮਾਨ ਕਿਉਂ ਜਾਣਦੇ ਹੋ ਤੁਸੀਂ ਉਹ ਤਾਂ ਪਾਰਟੀ ਤੇ ਆਇਆ ਪਾਰਟੀ ਸਟਾਰਟ ਕੀਤੀ ਉਹਨੇ ਸ਼ੁਰੂ ਤੋਂ ਕੰਮ ਕੀਤਾ ਲੋਕਾਂ 'ਚ ਵਿਚਰਿਆ ਸਰ ਆਮ ਆਗਮੀ ਪਾਰਟੀ ਵੱਲੋਂ ਸੀਐਮ ਚਿਹਰਾ ਕਿਹਨੂੰ ਦੇਖਣਾ ਚਾਹੋਗੇ ਜਿਹੜਾ ਪੰਜਾਬ ਦਾ ਵਧੀਆ ਕੰਮ ਕਰੇ ਜੀ ਕਿਹਦਾ ਅਜੇ ਇੱਕ ਨਾਮ ਲੈਣਾ ਹੋਵੇ ਤੁਸੀਂ ਕਿਹਦਾ ਲਾਓਗੇ ਮੈਡਮ ਜੀ ਅਜੇ ਤਾਂ ਉਹਨਾਂ ਨੇ ਪਾਰਟੀ ਦਾ ਕੈਂਡੀਡੇਟ ਨਹੀਂ ਡਿਕਲੇਅਰ ਕੀਤਾ ਪਹਿਲਾਂ ਸੀਐਮ ਕਿਹਨੂੰ ਬਣਾਉਣਾ ਪਰ ਕੇਜੀ ਸਾਹਿਬ ਕੇਜੀਵਾਲ ਸਾਹਿਬ ਦਾ ਹੁਣੇ ਬਹੁਤ ਵੱਡਾ ਐਲਾਨ ਹੋਇਆ ਉਹਨਾਂ ਨੇ ਕਿਹਾ ਕਿ ਜਨਤਾ ਤੈਅ ਕਰੂਗੀ ਸੀਐਮ ਚਿਹਰਾ ਕੌਣ ਉੱਗਾ ਸਾਡੇ ਵੱਲੋਂ ਤਾਂ ਤੁਸੀਂ ਕੌਣ ਚਾਹੁੰਦੇ ਹੋ ਉਹਨਾਂ ਨੇ ਇੱਕ ਨੰਬਰ ਦਿੱਤਾ ਜਨਤਾ ਨੂੰ ਕੋਈ ਨਹੀਂ ਪਤਾ ਇਸ ਬਾਰੇ ਜਨਤਾ ਕੀ ਜਾਊਗੀ ਬੈਠੇ ਦੇ ਉੱਪਰ ਨੇ ਸਾਰੇ ਉਨਾ ਹੀ ਡਿਕਲੇਅਰ ਕਰਨਾ ਵੀ ਇਹਨੂੰ ਸੀਐਮ ਚੇਰਾ ਕਿਹੜਾ ਦੇਣਾ ਹੈ ਪੰਜਾਬ ਨੂੰ ਸਰ ਐਨੇ ਨਾਮ ਐ ਤੁਹਾਡੇ ਦਿਮਾਗ ਚ ਕੋਈ ਤਾਂ ਹੁੰਦਾ ਹੋਵੇ ਜਿਹੜਾ ਆ ਚਾਹੋ ਤੁਸੀਂ ਇਹਦੇ ਵਾਸਤੇ ਮੈਡਮ ਜੀ ਭਗਵੰਤ ਮਾਨ ਵੀ ਠੀਕ ਹੈਗਾ ਐ ਬਹੁਤ ਵਧੀਆ ਬੰਦਾ ਆ ਇਮਾਨਦਾਰ ਬੰਦਾ ਆ ਜੇ ਭਗਵੰਤ ਮਾਨ ਨੂੰ ਵੀ ਬਣਾਇਆ ਜਾਵੇ ਤਾਂ ਬਹੁਤ ਵਧੀਆ ਸਰ ਤੁਸੀਂ ਕੀ ਕਹਿੰਦੇ ਹੋ ਕੌਣ ਬਣੇ ਸੀਐਮ ਚੇਰਾ ਆਪ ਵੱਲੋਂ ਇਹ ਕਹਿੰਦੇ ਭਗਵੰਤ ਮਾਨ ਹੀ ਬਣੇ ਜੀ ਕੀ ਕਾਰਨ ਐ ਤੁਹਾਡਾ ਇਹ ਬੰਦੇ ਬਹੁਤ ਵਧੀਆ ਬੰਦੇ ਨੇ ਕਾਮਕਾਰ ਹੁੰਦੇ ਆ ਇਮਾਨਦਾਰ ਹੀ ਹੈਗੀ ਉਹਨਾਂ ਦੇ ਵਿੱਚ ਉਹ ਹਰ ਗੱਲ ਨੂੰ ਸੁਣਦੇ ਬਹੁਤ ਚੰਗੇ ਧਿਆਨ ਨਾਲ ਸੁਣਦੇ ਉਹਨਾਂ ਦੀ ਗੱਲ ਅਸੀਂ ਤਾਂ ਕਹਿੰਦੇ ਵੀ ਉਹ ਬੰਦੇ ਸਹੀ ਆ ਬਹੁਤ ਵਧੀਆ ਲੋਕਾਂ ਵਿੱਚ ਵਿਝਰੇ ਆ ਲੋਕਾਂ ਚ ਆਏ ਨੇ ਉਹਨਾਂ ਨੂੰ ਬੰਨਣਾ ਚਾਹੀਦਾ ਸਰ ਤੁਸੀਂ ਕੀ ਚਾਹੁੰਦੇ ਹੋ ਤੁਹਾਡਾ ਕੀ ਖਿਆਲ ਹੈ ਸੀਐਮ ਚਿਹਰਾ ਆਪ ਵੱਲੋਂ ਕੌਣ ਬਣੇ ਭਗਵੰਤ ਮਾਨ ਹੀ ਆ ਆਫੀਸ਼ੀਅਲੀ ਤੁਸੀਂ ਤੁਸੀਂ ਕਿਉਂ ਚਾਹੁੰਦੇ ਹੋ ਭਗਵੰਤ ਮਾਨ ਭਗਵੰਤ ਮਾਨ ਇਮਾਨਦਾਰ ਆ ਆ ਬੰਦਾ ਬੰਦਾ ਆਪਣਾ ਸਾਰਾ ਕੁਝ ਛੱਡ ਕੇ ਸਿਆਸਤ ਦੇ ਵਿੱਚ ਆਇਆ ਵਾ ਉਹਨੇ ਬਹੁਤ ਕੁਝ ਵੇਖਿਆ ਬੰਦੇ ਨੇ ਉਹਨੇ ਸਮਝਿਆ ਵਾ ਜਿਹਨੂੰ ਸਮਝ ਆ ਗਈ ਹੈ ਆਪਣੀ ਫੈਮਿਲੀ ਬੈਕਗ੍ਰਾਉਂਡ ਵੀ ਉਹਦਾ ਪਿੰਡੂ ਆ ਉਹ ਪਿੰਡ ਵਗੈਰੀ ਇਹਨੂੰ ਡਵੈਲਪ ਕਰੂਗਾ ਡਵੈਲਪਮੈਂਟ ਚਾਹੀਦੀ ਇਹ ਜਨਤਾ ਨੂੰ ਜਨਤਾ ਕਿ ਨਾਲ ਦੰਦਾ ਆਮ ਆਦਮੀ ਪਾਰਟੀ ਦੀ ਇਸ ਵਾਰ ਮੇਰੇ ਖਿਆਲ ਹੈ ਯਕੀਨ ਕਰੂਗੀ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਇਸ ਵਾਰੀ ਜਿੱਤੂਗੀ ਉਹ ਲੀਡ ਕਰੂ ਲੱਗਦਾ ਲੱਗਦਾ ਜੀ ਪੱਕਾ ਪੱਕਾ ਲੱਗਦਾ ਸਰ ਤੁਸੀਂ ਕੀ ਚਾਹੁੰਦੇ ਹੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਾਰਾ ਕੌਣ ਬਣੇ ਅਸੀਂ ਤਾਂ ਜੀ ਇੱਕ ਵਾਰਾ ਕੇਜਰੀਵਾਲ ਆਵੇ ਬਾਕੀ ਇਹ ਦੋਨੇ ਜਿਹੜੀਆਂ ਪਾਰਟੀਆਂ ਵਾਂ ਬਹੁਤ ਮਾੜੀਆਂ ਤੇ ਬਹੁਤ ਗਰੀਬਾਂ ਵਾਸਤੇ ਸਰ ਤੁਸੀਂ ਚਾਹੁੰਦੇ ਹੋ ਸੀਐਮ ਚਹਿਰਾ ਕੇਜਰੀਵਾਲ ਸਾਹਿਬ ਆਪ ਹੋਣ ਕੇਜਰੀਵਾਲ ਆ ਜਾਣਾ ਜਾਂ ਉਹਨਾਂ ਦੀ ਥਾਂ ਤੇ ਕੋਈ ਹੋਰ ਨੰ ਮਿੰਦਾ ਚੰਗਾ ਆ ਜੇ ਤੇ ਬਹੁਤ ਅੱਛਾ ਰਹੇਗਾ ਤਾਂ ਤੁਸੀਂ ਕਿਹਨੂੰ ਚਾਹੁੰਦੇ ਹੋ ਜੇ ਤੁਸੀਂ ਉਹਨਾਂ ਦੀ ਥਾਂ ਤੇ ਵੀ ਕਹਿ ਰਹੇ ਹੋ ਜਾਂ ਉਹਨਾਂ ਨੂੰ ਕਹਿ ਰਹੇ ਹੋ ਇੱਕ ਇੱਕ ਚਹਿਰਾ ਤੁਸੀਂ ਜੇ ਨਾਮ ਲੈਣਾ ਕਿਹਦਾ ਲਾਉਂਗੇ ਭਗਵੰਤ ਮਾਨ ਆ ਜੇ ਬਹੁਤ ਅੱਛਾ ਆਦਮੀ ਹੈ ਤੇ ਕੇਜਰੀਵਾਲ ਉਹਦੋ ਅੱਛਾ ਆਦਮੀ ਹੈ ਕੋ ਗਰੀਬਾਂ ਦੀ ਸਹੂਲਤ ਸੋਚਦੇ ਹੈ ਜੇ ਜੇ ਵਾਲੇ ਗਰੀਬੋ ਕੋ ਮਾਰਨਾ ਚਾਹਤੇ ਹੈ बाकी जो मोदी साहब है मोदी साहब ने नहीं कोई अच्छा काम किया आज तक करोना लगाई है कोरोना के लिए गरीबों के वास्ते कुछ नहीं सोचा जो सोचा मीना के लिए सोचा गरीबों के लिए कुछ नहीं सोचा तो आपको लगता है अगर आम आदमी पार्टी आ जाएगी तो वो पंजाब का कुछ सवारेगी बिल्कुल सवारेगी जी जो गरीबों के बिल वो माफ हो सकते हैं गरीबों को कोई अच्छी बच्चों के पढ़ाई के लिए हो सकता है बिजली का बिल माफ हो सकता है जो दिल्ली में उसने किया वहाँ पंजाब में भी कर सकता है ऐलान तो बाकी सरकारें भी बहुत कर रही हैं एलान तो करती है कोई वादा नहीं कोई निभाती आज तक हम छत्तीस साल हो गए कांग्रेस में कांग्रेस वाले आज तक कुछ नहीं सोचा हमारे के लिए आज तक पंजाब ने जितनी भी कांग्रेस आई है कभी नहीं सोचा गरीबों के लिए आप क्या निभाते हैं तो आप इस बार मौका किसको देना चाहेंगे हम तो कहते हैं केजरीवाल आज तो बहुत अच्छा है ਸੀਐਮ ਚਹਿਰਾ ਭਗਵੰਤ ਮਾਨ ਕੋ ਚਾਹਤੇ ਹਨ ਹਾਂਜੀ ਸਰ ਕੇਜਰੀਵਾਲ ਸਾਹਿਬ ਨੇ ਹੁਣੇ ਐਲਾਨ ਕੀਤਾ ਹੈ ਕੇਜਰੀਵਾਲ ਸਾਹਿਬ ਨੇ ਹੁਣੇ ਐਲਾਨ ਕੀਤਾ ਹੈ ਕਿ ਸੀਐਮ ਚਹਿਰਾ ਜਨਤਾ ਦਾ ਹੈ ਕਰੂਗੀ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਸੀਐਮ ਚਹਿਰਾ ਸੀਐਮ ਚਹਿਰਾ ਜਿਹੜਾ ਨਵਾਜੂ ਉਸ ਅਸੀਂ ਵੇਖਣਾ ਚਾਹੁੰਦੇ ਜਿਹੜਾ ਚੰਗਾ ਕੰਮ ਹੋ ਕਰ ਨਹੀਂ ਦਿਆ ਕਿੰਨਾ ਚਹਿਰਾ ਗਿਆ ਸਾਰੇ ਬਣੇ ਆਮ ਆਦਮੀ ਪਾਰਟੀ ਦਾ ਸੀਐਮ ਚਹਿਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਭਗਵੰਤ ਮਾਨ ਸਾਡੇ ਦੇ ਇਥੇ ਪੰਜਾਬ ਦਾ ਧੋਨ ਸਰਮਨ ਧੋਨ ਸੀਐਮ ਚਹਿਰਾ ਭਗਵੰਤ ਮਾਨ ਉਹ ਕਿਉਂ ਸ਼ਾਇਦ ਉਹ ਨਵੀਂ ਪਾਰਟੀ ਹੈ ਕੋਕ ਕਰੋਗੇ ਤੁਸੀਂ ਮੌਕਾ ਦੇਣਾ ਚਾਹੁੰਦੇ ਹੋ ਹਾਂ ਹਾਂਜੀ ਬੀਬੀ ਜੀ ਤੁਸੀਂ ਕੀ ਕਹਿੰਦੇ ਹੋ ਕਿਹਨੂੰ ਦੇਖਣਾ ਚਾਹੁੰਦੇ ਹੋ ਸੀਐਮ ਚਹਿਰਾ ਮੇਰਾ ਤਾਂ ਲੈਂਟਰ ਰਹਿਆ ਪਿਆ ਤਾਂ ਮੈਨੂੰ ਕਹਿੰਦੇ ਅਜ ਤਾਈ ਮਦਦ ਨਹੀਂ ਦਿੱਤੀ ਮੈਂ ਕਿਹਨੂੰ ਕੀ ਕਹਿਣਾ ਆਮ ਆਦਮੀ ਪਾਰਟੀ ਨੇ ਥੋੜੀ ਦੇਰ ਪਹਿਲਾਂ ਐਲਾਨ ਕੀਤਾ ਕਿ ਜਦੀਵਾਲ ਸਾਹਿਬ ਨੇ ਕਿ ਜਨਤਾ ਤੈਅ ਕਰੂਗੀ ਸੀਐਮ ਚਹਿਰਾ ਤੁਹਾਡੇ ਹੱਥਾਂ ਜਾਂ ਕਿਹਨੂੰ ਦੇਖਣਾ ਚਾਹੁੰਦੇ ਹੋ ਸੀਐਮ ਚਹਿਰਾ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਕਿਉਂ ਉਹ ਚਿਰੂ ਦਾ ਨਾਲ ਗਿਆ ਮਤਲਬ ਕਿ ਨੇ ਸਟਾਰਟਿੰਗ ਹੀ ਪੰਜਾਬ ਹੀ ਨੇ ਸਟਾਰਟਿੰਗ ਕੀਤੀ ਜੋਰਵਾਵਾ ਲਗਾ ਹਦਾ ਚਾਈ ਦਾ ਨਾਲ ਬੰਦਾ ਵਧੀਆ ਤੁਹਾਨੂੰ ਲੱਗਦਾ ਉਹਨਾਂ ਨੇ ਜੋਰ ਬਹੁਤ ਲਾਇਆ ਤਾਂ ਕਰਕੇ ਮੌਕਾ ਦੇਣਾ ਚਾਹੁੰਦੇ ਹੋ ਜੋਰ ਬਹੁਤ ਲਾਇਆ ਉਹ ਫੈਮਿਲੀ ਬੈਕਗਰਾਉਂਡ ਉਹਦਾ ਕਿੰਨਾ ਬੰਦਾ ਬਹੁਤ ਨੀਚੇ ਤੋਂ ਉੱਠ ਕੇ ਆਇਆ ਬੰਦਾ ਸਹੀ ਗੱਲ ਆ ਨਾਲ ਬੰਦਾ ਵਧੀਆ ਬੰਦਾ ਵਧੀਆ ਸਰ ਤੁਸੀਂ ਕਿਹਨੂੰ ਚਾਹੁੰਦੇ ਹੋ ਤੁਸੀਂ ਦੱਸੋ ਪੰਜਾਬ ਦਾ ਯੂਥ ਹੈ ਨੌਜਵਾਨ ਹੈ ਸਾਹਮਣੇ ਆਓ ਦੱਸੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਜਾਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਕਿਹਨੂੰ ਨਹੀਂ ਆਮ ਆਦਮੀ ਪਾਰਟੀ ਕਿਹੜੇ ਵੋਟ ਦੇਣੀ ਆਤ ਕੀ ਅਕਾਲੀ ਦਾਨ ਸਰ ਆਮ ਆਦਮੀ ਪਾਰਟੀ ਵੱਲੋਂ ਹੁਣੇ ਐਲਾਨ ਹੋਇਆ ਥੋੜੀ ਦੇਰ ਪਹਿਲਾਂ ਕਿ ਜਨਤਾ ਤੈਅ ਕਰੂਗੀ ਸੀਐਮ ਚਹਿਰਾ ਕੇਰਵਾਲ ਸਾਹਿਬ ਨੇ ਕਿਹਾ ਕਿ ਤੁਸੀਂ ਡਿਸਾਈਡ ਕਰ ਸਕਦੇ ਹੋ ਕੌਣ ਬੜੇ ਪੰਜਾਬ ਦਾ ਸੀਐਮ ਤਾਂ ਤੁਸੀਂ ਕਿਹਨੂੰ ਚਾਹੁੰਦੇ ਹੋ ਮੈਮ ਕੋਈ ਵੀ ਬਣ ਜਾ ਜੋ ਆਮ ਜਨਤਾ ਦਾ ਕੰਮ ਕਰੇ ਆਵਾਮ ਦਾ ਕੰਮ ਕਰੇ ਨੌਜਵਾਨ ਨੂੰ ਰੋਜ਼ਗਾਰ ਦੇਵੇ ਲੋਕੀ ਸਾਡੇ ਬਾਹਰ ਭੱਜੇ ਜਾਂਦੇ ਆ ਇਨਕਮ ਸਾਡੀ ਸਾਰੀ ਬਾਹਰ ਚਲੀ ਜਾ ਰਹੀ ਆ ਇੰਡੀਅਨਲੀ ਇਕਨੋਮੀ ਜ਼ੀਰੋ ਹੋ ਰਹੀ ਆ ਇੱਕ ਨਾਮ ਚੁਣਨਾ ਹੋਵੇ ਤਾਂ ਕਿਹਦਾ ਨਾਮ ਚੁਣੋਗੇ ਮੈਂ ਮੈਂ ਕਿਹੜਾ ਪਰਦਾ ਉਹਨਾਂ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਪਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਨਤਾ ਤੈਅ ਕਰ ਸਕਦੀ ਹੈ ਉਹਨਾਂ ਨੇ ਇੱਕ ਨੰਬਰ ਦਿੱਤਾ ਉਹਦੇ ਤੇ ਮੈਸੇਜ ਕਰੋਗੇ ਕਾਲ ਕਰੋਗੇ ਤਾਂ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਉੱਥੇ ਦੱਸਾਂਗੇ ਤੁਹਾਨੂੰ ਕਾਦੇ ਲਈ ਦੱਸਣਾ ਤਾਂ ਤੁਸੀਂ ਸਾਨੂੰ ਨਹੀਂ ਦੱਸਣਾ ਜਾਉਂਦਾ ਫਿਰ ਜੇ ਸਾਡੀ ਆਪਣੀ ਵੋਟ ਆ ਆਪਣੀ ਇੱਕ ਵੋਟ ਅਧਿਕਾਰ ਆ ਅਸੀਂ ਉਹਨੂੰ ਗੁਪਤ ਰੱਖਦੇ ਆ ਜੇ ਸਾਡਾ ਅਧਿਕਾਰ ਆ ਅਸੀਂ ਜੇ ਕਿਸੇ ਸਾਨੂੰ ਜੇ ਭਗਵੰਤ ਮਾਨ ਜਾਂ ਕੋਈ ਵੀ ਆ ਅਰਵਿੰਦ ਕੇਜਰੀਵਾਲ ਨੂੰ ਜੇ ਲੋਕ ਚਾਹੁੰਦੇ ਆ ਤੇ ਉਹਨੂੰ ਆਪੇ ਆਹੀ ਵੋਟ ਪਾਵਾਂਗੇ ਤੁਸੀਂ ਆਪਣੇ ਸੀਐਮ ਚਿਹਰੇ ਨੂੰ ਲੁਕੋ ਕੇ ਰੱਖਣਾ ਚਾਹੁੰਦੇ ਹੋ ਅਸੀਂ ਲੁਕੋ ਕੇ ਕੀ ਰੱਖਣਾ ਉਹ ਆਪੇ ਆਜਣਾ ਜਿੱਦਾਂ ਰਿਜ਼ਲਟ ਆਇਆ ਕੀ ਪਤਾ ਆਮ ਆਦਮੀ ਦੀ ਬੰਨੀ ਵੀ ਆ ਕਿ ਕਿੰਡੀ ਬੰਨੀ ਆ ਕੀ ਪਤਾ ਕਿਹੜੀ ਸਰਕਾਰ ਵੀ ਨਹੀਂ ਬੰਨੀ ਥੋੜੀ ਤੁਹਾਨੂੰ ਪੱਕਾ ਪਤਾ ਕੀ ਆਮਦੀ ਬਣ ਜਾਏਗੀ ਤੁਸੀਂ ਉਹਨਾਂ ਨੇ ਸੀਐਮ ਚਿਹਰਾ ਐਲਾਨ ਕਰਨਾ ਤੁਸੀਂ ਫਿਰ ਕਿਹਨੂੰ ਕਿਹੜੀ ਪਾਰਟੀ ਚਾਹੁੰਦੇ ਹੋ ਜਿਹੜੀ ਮੈਂ ਤੁਹਾਨੂੰ ਅੱਗੇ ਇਹੋ ਆਖਿਆ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਗਰੀਬ 32 ਸਸਤੀ ਜਿਵੇਂ ਕੋਈ ਸੀਐਮ ਚੰਨੀ ਸਾਹਿਬ ਨੇ ਨਹੀਂ ਸਾਹਮਣੇ ਕੀਤੀ ਐ ਇਸ ਤਰ੍ਹਾਂ ਦੇ ਪ੍ਰੋਜੈਕਟ ਦੇਵੇ ਜੋ ਪੰਜਾਬ ਦੀ ਡਿਵੈਲਪਮੈਂਟ ਹੋਵੇ ਤਾਂ ਤੁਸੀਂ ਚੰਨੀ ਸਾਹਿਬ ਬਣਾ ਲਓ ਮੈਂ ਚੰਨੀ ਸਾਹਿਬ ਨਹੀਂ ਮੈਂ ਤੁਹਾਨੂੰ ਕੰਮ ਨਾਲ ਲਿਆ ਜੋ ਸਾਡੇ ਲਈ ਆਮ ਬੰਦੇ ਲਈ ਹੁਣ ਦੁਕਾਨਦਾਰ ਵਰਗ ਆ ਉਹਨਾਂ ਦਾ ਕੰਮ ਢਿਲੋਂ ਡੰਡਾਊਨ ਹੋ ਰਿਹਾ ਕੋਈ ਵਪਾਰੀ ਵਰਗ ਦਾ ਕੋਈ ਨਹੀਂ ਸੋਚਦਾ ਜੇ ਕਿਸ ਵਪਾਰੀ ਵਰਗ ਦਾ ਕੌਣ ਸੋਚਦਾ ਕੋਈ ਸਰਕਾਰ ਨਹੀਂ ਸੋਚਦੀ ਸਰ ਸੀਐਮ ਚਹਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਮੈਂ ਤੁਹਾਨੂੰ ਹੁਣ ਇੱਕੋ ਆਖਿਆ ਜਿਹੜਾ ਕੰਮ ਕਰੇਗਾ ਭਾਵੇਂ ਕੋਈ ਵੀ ਪਾਰਟੀ ਦਾ ਕੋਣਾ ਹੋਵੇ ਭਾਵੇਂ ਤੁਸੀਂ ਸੀਐਮ ਬਣ ਜਾਓ ਸਾਡੀ ਜਗ੍ਹਾ ਤੁਸੀਂ ਕੰਮ ਕਰੋ ਹੀ ਤੁਹਾਨੂੰ ਬਣਾ ਦਾਂਗੇ ਸੀਐਮ ਤੁਹਾਨੂੰ ਤੁਹਾਨੂੰ ਲੱਗਦਾ ਕੋਈ ਕੰਮ ਨਹੀਂ ਕਰ ਰਿਹਾ ਤਾਂ ਕਰਕੇ ਕੋਈ ਦਿਮਾਗ 'ਚ ਦਾਮ ਨਹੀਂ ਆ ਰਿਹਾ ਤੁਹਾਡੇ ਨਹੀਂ ਦਿਮਾਗ 'ਚ ਗੱਲ ਹੁਣ ਇਹ ਦੇਖੋ ਸੀਐਮ ਅਸੀਂ ਆਮ ਉਹਨਾਂ ਦੀ ਆਮ ਦੀ ਗੱਲ ਕਰ ਰਹੇ ਹਾਂ ਜੇ ਕਿ ਕਿਹੜਾ ਚਿਹਰਾ ਲਾਉਣਾ ਚਾਹੀਦਾ ਉਹਨਾਂ ਦੇ ਵਿੱਚ ਪਹਿਲਾਂ ਤਾਂ ਫੋਟੇ ਆ ਪਹਿਲਾਂ ਹੁਣ ਭਗਵਾਨ ਤਾਂ ਬਣ ਬਣੂਗਾ ਤੇ ਉਹਨਾਂ ਦੇ ਕਿਤੇ ਬਣ ਥੋੜੀ ਦੇਣਾ ਜੇ ਆਪਾਂ ਲਈ ਇੱਕ 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 ਛੋਟੀ ਜੀ ਨਗਰ ਨਗਰ ਕਾਉਂਸਲ ਆ ਇੱਥੇ ਇੱਕ ਪ੍ਰਧਾਨ ਬਣਦਾ ਆ ਪ੍ਰਧਾਨ ਬਣ ਚ ਜਿੰਨੀ ਦਰ ਤੱਕ ਜਿੰਨੀ ਸੀ ਜਾਂ ਉਹਨੇ ਬੰਨਾ ਆ ਜੋ ਅਰਵਿੰਦ ਕੇਰੀਅਰ ਫੈਸਲਾ ਲੂਗਾ ਆਮ ਜਨਤਾ ਨਾਲ ਕੋਈ ਨਹੀਂ ਹੋਣਾ ਇੱਥੇ ਕੋਈ ਵੀ ਆ ਹੁਣ ਜਦੋਂ ਹੁਣ ਪਿੱਛੇ ਸੀ ਜੀਮ ਬਣਿਆ ਆਪਣੇ ਪੰਜਾਬ ਦਾ ਕੋਈ ਵੀ ਬਣਦਾ ਆ ਉਹ ਪਾਰਟੀ ਫੈਸਲਾ ਕਰਦੀ ਆਮ ਜਨਤਾ ਫੈਸਲਾ ਕਰ ਲਵਜੇ ਤੇ ਇੱਕ ਕਰਪਸ਼ਨ ਮੁੱਕ ਜੇ ਸਭ ਕੋ ਮੁੱਕ ਜੇ ਤੇ ਸਾਰਾ ਬਾਹਰ ਲੋਕੀ ਗਾਦ ਲਈ ਜਾਂਦੇ ਜੇ ਹਰ ਬੰਦਾ ਏ ਜੇ ਆਮ ਜਨਤਾ ਹੀ ਚੂਜ਼ ਕਰੇ ਉਹਨਾਂ ਨੇ ਜਿਹੜਾ ਨੰਬਰ ਦਿੱਤਾ ਉਹਦੇ ਤੇ ਮੈਸੇਜ ਜਾਂ ਕਾਲ ਕਰਕੇ ਤੁਸੀਂ ਇੱਕ ਨਾਮ ਦੱਸ ਸਕਦੇ ਹੋ ਤਾਂ ਤੁਸੀਂ ਦੱਸੋਗੇ ਦੱਸਾਂਗੇ ਜੀ ਕੀ ਨਾਮ ਹੋਊਗਾ ਹੋ ਉਹ ਉਹ ਆਪਣੀ ਮਰਜ਼ੀ ਦਾ ਹੀ ਆਪਸ਼ਨ ਵੇਖਾਂਗੇ ਨਾ ਉਹਦੇ ਕਿਸੇ ਦਾ ਵੀ ਏ ਬੀ ਸੀ ਡੀ ਕਿਸੇ ਦਾ ਵੀ ਨਾਮ ਹੋਵੇ ਜੋ ਮੈਨੂੰ ਬੈਟਰ ਲੱਗਾ ਕਿ ਹਾਂ ਇਹ ਬੰਦਾ ਕੰਮ ਕਰਨ ਵਾਲਾ ਆ ਹੁਣ ਜਦੋਂ ਤੁਸੀਂ ਭਗਵੰਤ ਮਾਨ ਦੀ ਗੱਲ ਕਰ ਰਹੇ ਜੇ ਉਹਦਾ ਜੇ ਤੁਸੀਂ ਆਪਣਾ ਬੈਕਗ੍ਰਾਉਂਡ ਕੱਢ ਕੇ ਗ੍ਰਾਫਿਕਸ ਕੱਢ ਕੇ ਵੇਖੋ ਉਹਨੇ ਜੇ ਉਹਨੂੰ ਇੱਕ ਐਮਪੀ ਨੂੰ 5 ਕਰੋੜ ਰੁਪਈਆ ਮਿਲਦਾ ਉਹਨੇ 5 ਕਰੋੜ ਤੋਂ ਵੱਧ ਯੂਸੀ ਬਣਾ ਬਣਾ ਕੇ ਸੈਂਟਰ ਗਵਰਨਮੈਂਟ ਤੋਂ ਪੈਸੇ ਲੈ ਲਿਆ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਨੇ ਇੱਕ ਗੱਲ ਆਖੀ ਜਿੰਨੇ ਮਰਜ਼ੀ ਕੰਮ ਕਰਵਾਓ ਜੂਸੀ ਲਿਆਓ ਤੇ ਪੈਸੇ ਲੈ ਜਾਓ ਜਿਹੜਾ ਲੋਕਾਂ ਲਈ ਕੰਮ ਕਰੇ ਲੋਕਾਂ ਦਾ ਕੰਮ ਕਰੇ ਤੁਸੀਂ ਕਹਿੰਦੇ ਹੋ ਜਿਹੜੇ ਲੋਕਾਂ ਦਾ ਕੰਮ ਕਰਨਗੇ ਉਹਨਾਂ ਦਾ ਨਾਮ ਲਵੋਗੇ ਤੇ ਲੁਕੋ ਕੇ ਰੱਖੋਗੇ ਹਾਂਜੀ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਥੋੜੀ ਦੇਰ ਪਹਿਲਾਂ ਹੀ ਕੇਜਦੀਵਾਲ ਸਾਹਿਬ ਨੇ ਐਲਾਨ ਕੀਤਾ ਕਿ ਜਨਤਾ ਤੈ ਕਰੂਗੀ ਸੀਐਮ ਚਿਹਰਾ ਅਸੀਂ ਪਹਿਂਜੀ ਕਹਿੰਦੇ ਆ ਵੀ ਉਹ ਉਹ ਬਣਨਾ ਚਾਹੀਦਾ ਜਿਹੜਾ ਪੰਜਾਬ ਦਾ ਕੰਮ ਕਰੇ ਤੁਸੀਂ ਜੇ ਇੱਕ ਨਾਮ ਐਲਾਨ ਕਰਨਾ ਹੋਵੇ ਨਾਮ ਸੋਚ ਕੇ ਦੱਸਣਾ ਹੋਵੇ ਕਿਹਦਾ ਲਾਉਂਗੇ ਵੇਖੋ ਭੈਣ ਜੀ ਮੈਂ ਤਾਂ ਤੁਹਾਨੂੰ ਇੱਕੋ ਗੱਲ ਦੱਸੀ ਆ ਵੀ ਜਿਹੜਾ ਕੰਮ ਕਰੇ ਉਹ ਸੀਐਮ ਬਣਨਾ ਚਾਹੀਦਾ ਬੱਚਿਆਂ ਨੂੰ ਰੁਜ਼ਗਾਰ ਮਿਲੇ ਬਸ ਕੋਈ ਇੱਕ ਨਾਮ ਨਹੀਂ ਲੈਣ ਵਾਲੇ ਤੁਸੀਂ ਨਹੀਂ ਭੈਣ ਜੀ ਵੇਖੋ ਜਿਹੜਾ ਚੰਗਾ ਬੰਦਾ ਹੋਊਗਾ ਅਸੀਂ ਤਾਂ ਉਹ ਬਣਨਾ ਚਾਹੀਦਾ ਕਿਹੜਾ ਚੰਗਾ ਬੰਦਾ ਤੁਹਾਡੇ ਹਿਸਾਬ ਨਾਲ ਵੇਖੋ ਜੀ ਜਿਹੜਾ ਪਾਰਟੀ ਦਾ ਚੰਗਾ ਬੰਦਾ ਕੰਮ ਕਰਨ ਵਾਲਾ ਹੋਊਗਾ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਹੋਵੇ ਉਹਨਾਂ ਨੇ ਹਾਲੇ ਤੱਕ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਐਲਾਨਿਆ ਨਹੀਂ ਉਹਨਾਂ ਨੇ ਕਿਹਾ ਜਨਤਾ ਇਸ ਨੰਬਰ ਤੇ ਮੈਸੇਜ ਜਾਂ ਕਾਲ ਕਰਕੇ ਦੱਸੇ ਤੁਸੀਂ ਕਰੋਗੇ ਮੈਸੇਜ ਜਾਂ ਕਾਲ ਨਹੀਂ ਭੰਜੀ ਆਪਾਂ ਕੀ ਕਰਨਾ ਇਹ ਦੇ ਕੇਜਰੀਵਾਲ ਸਾਹਿਬ ਦੇ ਹੱਥ ਡੋਰਿਆ ਵੇਖੋ ਜੇ ਜਿਵੇਂ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਸਾਬਕਾ ਮੁੱਖ ਮੰਤਰੀ ਉਹਨਾਂ ਅਕਾਲੀ ਦਲ ਵਾਲੋ ਬਣਾਉਣਾ ਆਪਣਾ ਜਿਹੜਾ ਕਾਂਗਰਸ ਦੇ ਆ ਸੋਨੀਆਜੀਪ ਨੂੰ ਬਣਾਉਣਾ ਇਹ ਕੇਜਰੀਵਾਲ ਦੇ ਹੱਥ ਹੈ ਜਿਹੜਾ ਮੁੱਖ ਮੰਤਰੀ ਬਣਾਉਣਾ ਇਹ ਪਬਲਿਕ ਦੇ ਹੱਥ ਤੇ ਹੈ ਹੀ ਨਹੀਂਗਾ ਭੰਜੀ ਕੁਛ ਵੀ ਉਹਨਾਂ ਨੇ ਜਿਹੜਾ ਐਲਾਨ ਕੀਤਾ ਤੁਹਾਨੂੰ ਲੱਗਦਾ ਉਹੀ ਆ ਇਹ ਤਾਂ ਭੰਜੀ ਤੁਹਾਨੂੰ ਪਤਾ ਹੀ ਆ ਸਾਰੀ ਗੱਲ ਦਾ ਤੁਸੀਂ ਪੱਤਰਕਾਰ ਜੇ ਖੁਦ ਪੀਏ ਇਦਾਂ ਹੀ ਹੁੰਦਾ ਕੰਮ ਹਾਂਜੀ ਸਰ ਤੁਸੀਂ ਦੱਸੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਹਿਰਾ ਕਿਹਨੂੰ ਦੇਖਣਾ ਚਾਹੁੰਦੇ? ਅਸੀਂ ਤਾਂ ਭਗਵੰਤ ਮਾਨ ਨੂੰ ਦੇਖਣਾ ਚਾਹੁੰਦੇ ਹਾਂ ਜੀ। ਉਹ ਕਿਉਂ ਜੀ? ਵਧੀਆ ਲੱਗਦਾ ਜੀ ਕੰਮ ਕਰਦਾ ਹੈਗਾ ਭਗਵੰਤ ਮਾਨ। ਭਗਵੰਤ ਮਾਨ ਨੂੰ ਚਾਹੁੰਦੇ ਹਾਂ ਉਹ ਸੀਐਮ ਚਹਿਰਾ ਬਣ ਪੰਜਾਬ ਦਾ। ਹਾਂਜੀ। ਤਾਂ ਤੁਸੀਂ ਐਤਕੀ ਵੋਟ ਕਿਹਨੂੰ ਪਾਉਣੀ ਆ? ਆਮ ਆਦਮੀ ਪਾਰਟੀ ਨੂੰ ਪਾਵਾਂਗੇ। ਉਹ ਕਿਉਂ? ਵੈਸੇ ਚੰਗਾ ਲੱਗਦਾ ਜੀ ਮੈਂ ਸੀਮਾ ਨੰਬਰ ਬਣਾਉਣਾ ਆਮ ਆਦਮੀ ਪਾਰਟੀ ਨੇ ਥੋੜੀ ਦੇਰ ਪਹਿਲਾਂ ਕੇ ਜੀਵਾਲ ਸਾਹਿਬ ਨੇ ਐਲਾਨ ਕੀਤਾ ਕਿ ਜਨਤਾ ਤੈਅ ਕਰੂਗੀ ਸੀਐਮ ਚਿਹਰਾ ਉਹਨਾਂ ਨੇ ਇੱਕ ਨੰਬਰ ਦਿੱਤਾ ਜਿਹਦੇ ਤੇ ਜਨਤਾ ਮੈਸੇਜ ਤੇ ਕਾਲ ਕਰਕੇ ਦੱਸ ਸਕਦੀ ਹੈ ਕਿ ਅਸੀਂ ਆਹ ਵਾਲੇ ਵਿਧਾਇਕ ਨੂੰ ਸੀਐਮ ਚਿਹਰਾ ਦੇਖਣਾ ਚਾਹੁੰਦੇ ਆ ਤੁਸੀਂ ਕਿਹਨੂੰ ਵੋਟ ਪਾਉਂਗੇ ਅਸੀਂ ਤਾਂ ਜੀ ਆਮ ਪਾਰਟੀ ਨੂੰ ਨਹੀਂ ਵੋਟ ਪਾਉਂਦੇ ਨਹੀਂ ਤੁਸੀਂ ਜੇ ਸੀਐਮ ਚਿਹਰਾ ਦੇਖਣਾ ਚਾਹੁੰਦੇ ਹੋ ਕਿਹਨੂੰ ਦੇਖਣਾ ਚਾਹੋਗੇ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੂੰ ਨਹੀਂ ਜੀ ਤੁਸੀਂ ਕਿਹਨੂੰ ਵੋਟ ਪਾਉਣ ਵਾਲੇ ਆ ਅਸੀਂ ਕਾਲੀਦਾਨੀ ਸੀ ਅਕਾਲਿਆਂ ਦੇਓ ਠੀਕ ਹੈ ਜੀ ਉਹ ਕਿਉਂ ਬਸ ਉਹ ਵਿਕਾਸ ਕਰਦੇ ਆ ਜੀ ਤੁਹਾਨੂੰ ਲੱਗਦਾ ਅਕਾਲੀਆਂ ਨੇ ਬਹੁਤ ਵਿਕਾਸ ਕੀਤਾ ਵਿਕਾਸ ਕੀਤਾ ਬਹੁਤ ਕੀਤਾ ਜੀ ਕਿਹੜੇ ਇਲਾਕੇ ਦੇ ਹੋ ਤੁਸੀਂ ਅਸੀਂ ਇਸੇ ਲੋਕੇ ਦੇ ਜੀ ਬਲਟੋਏ ਦੇ ਕੇਮਕਰਨਲਕਾ ਸਰ ਆਮ ਆਦਮੀ ਪਾਰਟੀ ਵੱਲੋਂ ਥੋੜੀ ਦੇਰ ਪਹਿਲਾਂ ਐਲਾਨ ਹੋਇਆ ਕਿ ਜਨਤਾ ਤੈਅ ਕਰੂਗੀ ਸੀਐਮ ਚਿਹਰਾ ਤੁਸੀਂ ਮੈਸੇਜ ਤੇ ਕਾਲ ਕਰਕੇ ਦੱਸ ਸਕਦੇ ਹੋ ਆਮ ਆਦਮੀ ਪਾਰਟੀ ਵੱਲੋਂ ਕਿਹਨੂੰ ਚਾਹੁੰਦੇ ਹੋ ਸੀਐਮ ਚਿਹਰਾ ਮਾਨ ਸਾਹਿਬ ਭਗਵੰਤ ਮਾਨ ਭਗਵੰਤ ਮਾਨ ਨੂੰ ਚਾਹੁੰਦੇ ਹੋ ਉਹ ਕਿਉਂ ਬੰਦਾ ਵਧੀਆ ਜੀ ਉਹ ਸਭ ਨੂੰ ਪਸੰਦ ਆ ਉਹ ਨਾਲੇ ਤੁਹਾਨੂੰ ਲੱਗਦਾ ਉਹ ਫਰਕ ਲਿਆ ਸਕਦੇ ਪੰਜਾਬ ਬਿਲਕੁਲ ਲਿਓ ਬਿਲਕੁਲ ਹੀ ਹੋਊਗਾ ਬਾਕੀਆਂ ਦਾ ਬੇੜਾ ਕਰ ਕਰਤਾ ਕੇ ਬੜੋ ਕਾਲ ਕਾਲਗੇ ਵੀ ਕਰਤਾ ਕਾਂਗਰਸ ਨੂੰ ਵੀ ਕਰਤਾ ਬਰਾਬਰ ਤੀਜਾ ਚਿਹਰਾ ਲੱਗਿਆ ਤੇ ਕੁਝ ਨਾ ਕੁਝ ਬਣ ਸਕਦਾ ਪੰਜਾਬ ਦਾ ਮੌਕਾ ਦੇਣਾ ਚਾਹੁੰਦੇ ਹੋ ਬਿਲਕੁਲ ਦੇਣਾ ਚਾਹੀਦਾ ਅਸੀਂ ਤਾਂ ਆਮਦ ਪਾਲਦੀ ਨਾਲ ਬਿਲਕੁਲ ਖੜੇ ਆ ਸੀਰ ਤੁਸੀਂ ਕੀ ਕਹਿੰਦੇ ਹੋ ਕਿ ਨੂੰ ਸੀਐਮ ਜਾਰਾ ਕਿ ਨੂੰ ਚਾਹੁੰਦੇ ਹੋ ਭਗਵੰਤ ਮਾਨ ਨੂੰ ਜੀ ਬਸ ਨਾਲੇ ਪੰਜਾਬ ਦਾ ਚਿਹਰਾ ਭਗਵੰਤ ਮਾਨ ਕਿਹੜੀ ਗੱਲੋਂ ਤੁਹਾਨੂੰ ਇਹ ਕਿਉਂ ਲੱਗਦਾ ਭਗਵੰਤ ਮਾਨ ਆ ਕੇ ਫਰਕ ਲਿਆ ਸਕਦੇ ਆ ਪੰਜਾਬ ਸਭ ਨੂੰ ਪਤਾ ਪੰਜਾਬ ਦੇ ਮਾਹੌਲ ਚਾਲ ਕੀ ਇਹਨੂੰ ਸਾਰੇ ਦੁੱਖ ਦਰਦ ਪਤਾ ਹੈ ਬਾਹਰ ਲਾਹੌਰ ਕੇ ਨੂੰ ਆ ਕੇ ਖਲਾੜ ਦੇਣ ਕੀ ਫਾਇਦਾ ਲੋਕੀ ਚਾਹੁੰਦੇ ਹੀ ਇਹੋ ਸਰ ਤੁਸੀਂ ਕੀ ਕਹਿੰਦੇ ਹੋ ਸੀਐਮ ਚਿਹਰਾ ਕਿ ਕੌਣ ਬਣ ਮਾਣੀ ਚਾਹੀਦਾ ਵਾ ਬਦਲਾਵ ਚਾਹੀਦੇ ਆ ਕੁਝ ਬਦਲਾਵ ਲਿਆਵਾਂਗੇ ਤਾਂ ਤਾਂ ਹੀ ਕੋਈ ਨਾ ਕੋਈ ਪਤਾ ਕੇ ਭਗਵੰਤ ਮਾਨ ਸਰ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹਾਂਜੀ ਆਮ ਆਦਮੀ ਪਾਰਟੀ ਨੂੰ ਜਿਹੜੀ ਮੈਡਮ ਮੈਂ ਦਾਵਾ ਨੇ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਕਿਵੇਂ ਸੀਐਮ ਚਿਹਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਵੱਲੋਂ ਆਮ ਪਾਰਟੀ ਨੂੰ ਅਈਦਾ ਵਿਰਸੇ ਤੋਂ ਤੁਹਾਨੂੰ ਵੇਖਣਾ ਚਾਹੁੰਦੇ ਆ। ਸੀਐਮ ਕਿਹਨੂੰ ਦੇਖਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਵੱਲੋਂ? ਸੀਏ ਮੈਡਮ ਨੂੰ ਪਤਾ ਨਹੀਂ ਕਿਹਨੂੰ ਮੰਨਦੇ। ਇਹ ਤਾਂ ਨਹੀਂ ਤੋਂ ਨਹੀਂ ਮਾ ਜਿੱਤ ਗਿਆ ਸਰ। ਮੁੱਖ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਹੋ ਪੰਜਾਬ ਦਾ? ਇਹਨੂੰ ਵਿਰਸੇ ਇਹਨੂੰ ਜਮਰ ਕਿਹਨਾਂ ਨਾਲ ਦਾ ਵਾ? ਦੋਨੋਂ ਨੂੰ। ਦੋਨੋਂ ਨੂੰ ਚਾਹੁੰਦੇ ਹੋ ਕਿ ਸੀਐਮ ਬਣ ਜਾਣ। ਹਾਂਜੀ ਤੁਹਾਨੂੰ ਚਾਹੁੰਦੇ। ਬਾਬਾ ਜੀ ਕੇਜਰੀਵਾਲ ਸਾਹਿਬ ਨੇ ਥੋੜੀ ਦੇਰ ਪਹਿਲਾਂ ਐਲਾਨ ਕੀਤਾ ਹੈ ਕਿ ਜਨਤਾ ਤੈਅ ਕਰ ਸਕਦੀ ਹੈ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ। ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਪੰਜਾਬ ਦਾ ਸੀਐਮ ਚਹਿਰਾ ਜੀ ਆਪ ਜੰਦੀ ਹੈ ਤਾਂ ਵੇਖੋ ਜੀ ਹੁਣ ਚਹਿਰਾ ਭਗਵੰਤ ਮਾਨ ਨੂੰ ਬਣਾਉਂਦੇ ਜਾਂ ਕਿਨੂੰ ਬਣਾਉਂਦੇ ਪਤਾ ਨਹੀਂ ਅਜੇ ਪੱਕਾ ਤੁਸੀਂ ਤੈਅ ਕਰ ਸਕਦੇ ਹੋ ਤੁਹਾਡੇ ਹੱਥਾਂ 'ਚ ਆ ਤੁਸੀਂ ਕਿਹਨੂੰ ਉਹਨਾਂ ਨੇ ਇੱਕ ਨੰਬਰ ਦਿੱਤਾ ਜਿੱਦੇ ਤੁਸੀਂ ਮੈਸੇਜ ਤੇ ਕਾਲ ਕਰ ਸਕਦੇ ਹੋ ਤੁਸੀਂ ਕਿਨੂੰ ਜਾਓਗੇ ਨਹੀਂ ਇਸ ਤਰ੍ਹਾਂ ਨਹੀਂ ਪਤਾ ਲੱਗ ਸਕਦਾ ਕਿਨੂੰ ਦੇਣਾ ਸਾਡੇ ਕਹਿਣ ਤੇ ਨਹੀਂ ਆ ਭਗਵੰਤ ਮਾਨ ਭਗਵੰਤ ਮਾਨ ਦਾ ਹੀ ਆ ਜੜ ਤਾਂ ਉਹਨਾਂ ਹੀ ਲਾਈ ਆ ਤੁਸੀਂ ਭਗਵੰਤ ਮਾਨ ਚਾਹੁੰਦੇ ਹੋ ਉਹ ਕਿਉਂ ਵੇਖੋ ਜੀ ਬੰਦਾ ਚੰਗਾ ਚੰਗੇ ਕੰਮ ਕਰੂਗਾ ਸਰ ਆਮ ਆਦਮੀ ਪਾਰਟੀ ਵੱਲੋਂ ਕੇਜੀਵਾਲ ਸਾਹਿਬ ਵੱਲੋਂ ਥੋੜੀ ਦੇਰ ਪਹਿਲਾਂ ਐਲਾਨ ਹੋਇਆ ਉਹਨਾਂ ਨੇ ਕਿਹਾ ਜਨਤਾ ਤੈ ਕਰੂਗੀ ਸੀਐਮ ਚਹਿਰਾ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਹਿਰਾ ਭਗਵੰਤ ਮਾਨ ਉਹ ਕਿਉਂ ਬਹੁਤ ਵਧੀਆ ਪਾਰਟੀ ਨਾਲ ਬਹੁਤ ਜ਼ਿਆਦਾ ਜੁੜਿਆ ਜੀ ਉਹ ਪਾਰਟੀ ਨਾਲ ਜੁੜਿਆ ਤਾਂ ਕਰਕੇ ਤੁਸੀਂ ਭਗਵੰਤ ਮਾਨ ਨੂੰ ਚੁਣਨੇ ਚਾਹੋਗੇ ਨਹੀਂ ਬੰਦੇ ਬਹੁਤ ਵਧੀਆਗੇ ਜੀ ਸਰ ਤੁਸੀਂ ਕਿਹਨੂੰ ਚੁਣਨਾ ਚਾਹੁੰਦੇ ਹੋ ਬਿਲਕੁਲ ਜੀ ਰਾਈਟ ਜੀ ਜੀ ਭਗਵੰਤ ਮਾਨ ਬਾਕੀ ਵੋਟ ਫੇਰ ਆਮ ਆਦਮੀ ਪਾਰਟੀ ਨੂੰ ਜਾਣੀ ਥੋੜੀ ਬਿਲਕੁਲ ਜੀ ਤੁਹਾਨੂੰ ਕੀ ਲੱਗਦਾ ਬਾਕੀ ਪਾਰਟੀਆਂ ਨੇ ਵਿਕਾਸ ਨਹੀਂ ਕੀਤਾ ਪੰਜਾਬ ਦਾ ਕੀਤਾ ਵਾ ਬਾਕੀ ਉਹ ਜਿਨੇ ਉਮੀਦ ਹੀ ਨਵੀਂ ਪਾਰਟੀ ਨੂੰ ਮੌਕਾ ਦੇਣਾ ਜਿਹਦਾ ਇਸ ਵਾਰ ਭਲਾਇ ਕਿ ਕਰਦੇ ਆ ਉਹਨਾਂ ਜੋ ਕਰਨਾ ਹੀ ਕਰਤਾ ਹੁਣ ਇਹਨਾਂ ਨੂੰ ਦੇਖੋ ਇਹ ਕੋਈ ਮੌਕਾ ਜੁਰ ਦੇਖੋ ਇਲਸਾਬ ਨੇ ਥੋੜੀ ਦੇਰ ਪਹਿਲਾਂ ਐਲਾਨ ਕੀਤਾ ਹੈ ਕਿ ਜਨਤਾ ਤੈਅ ਕਰੂਗੀ ਸੀਐਮ ਚਿਹਰਾ ਤੁਸੀਂ ਐਸਐਮਐਸ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਤੁਸੀਂ ਕੌਣ ਚਾਹੁੰਦੇ ਹੋ ਸੀਐਮ ਚਿਹਰਾ ਬਣ ਆਮ ਆਦਮੀ ਪਾਰਟੀ ਵੱਲੋਂ ਅਹੀਂ ਜੋਨੇ ਆ ਜੀ ਭਗਵੰਤ ਮਾਨ ਸਭ ਤੋਂ ਵਧੀਆ ਜੀ ਕਹਿਣੀ ਦੇ ਕਥਨੀ ਚ ਪੱਕਾ ਆ ਤੇ ਇੱਕ ਨਵਾਂ ਚਿਹਰਾ ਨਾਲੇ ਮਿਲੂਗਾ ਪੰਜਾਬ ਨੂੰ ਲੋਕ ਜਿਹੜੇ ਆਖ ਚੁੱਕੇ ਨੇ ਦੋਹਾਂ ਪਾਰਟੀਆਂ ਤੋਂ ਤੇ ਝੂਠੇ ਵਾਦੇ ਝੂਠਾ ਸਭ ਕੁਝ ਤੇ ਦੁਨੀਆ ਬੜੀ ਸਤਾਈ ਹੋਈ ਆ ਤੇ ਨਵਾਂ ਚਿਹਰਾ ਆਊਗਾ ਚੰਗਾ ਸੋ ਪੰਜਾਬ ਦਾ ਭਲਾ ਹੋਊਗਾ ਲੋਕੀ ਨਸ਼ਿਆਂ ਤੋਂ ਬਚਣਗੇ ਤੇ ਇਹਨਾਂ ਦੋਨ ਪਰਖ ਲਿਆ ਆ ਹੁਣ ਇਹਦੀ ਵੀ ਇੱਕ ਵਾਰੀ ਵੇਖ ਲਈਏ ਵੀ ਕੀ ਰੰਗ ਵਿਖਾਉਂਦਾ ਨਾਲੇ ਨੇ ਮਾਡਲ ਵਿਖਾਇਆ ਕਰਕੇ ਦਿੱਲੀ ਵਿੱਚ ਕਜਰੀਵਾਲ ਨੇ ਵਧੀਆ ਕੀਤਾ ਅਸੀਂ ਚਾਹੁੰਦੇ ਨਵਾਂ ਚਿਹਰਾ ਹੋਵੇ ਤਾਂ ਇੱਕ ਮੌਕਾ ਭਗਵੰਤ ਮਾਨ ਨੂੰ ਜਰੂਰ ਜੀ ਸਰ ਤੁਸੀਂ ਕੀ ਕਹਿੰਦੇ ਹੋ ਸੀਐਮ ਚਾਰਾ ਕੌਣ ਬਣ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਭਾਂਜੀ ਤੁਸੀਂ ਕਿਉਂ ਚਾਹੁੰਦੇ ਹੋ ਕਿ ਭਗਵੰਤ ਮਾਨ ਹੀ ਬਣ ਭਗਵੰਤ ਮਾਨ ਜੀ ਜੋ ਕੋ ਦਿੱਲੀ 'ਚ ਕੀਤਾ ਉਹਨੇ ਬਹੁਤ ਸੋਹਣਾ ਕੀਤਾ ਭਾਂਜੀ ਅਸੀਂ ਚਾਹੁੰਦੇ ਗਏ ਨਵੇਂ ਰੰਗ ਹੀ ਥੀ ਅੱਗੇ ਪੰਜਾਬ 'ਚ ਦਿਖਾਵੇ ਹਾਂ ਜੀ ਬਾਬਾ ਜੀ ਤੁਸੀਂ ਕੀ ਕਹਿੰਦੇ ਹੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਾਰਾ ਕੌਣ ਬਣੇ ਉਹ ਆ ਹੀ ਰਾ ਚੰਨੀ ਜਾਂਦਾ ਹੀ ਬਣ ਜੀ ਚੰਨੀ ਸਾਡਾ ਬਿਲਕੁਲ ਮਾਫੀ ਕਿਤੇ ਆ ਹੌਲੀ ਦਿਨ ਦਾ ਕਰਜ਼ਾ ਮaaf ਕਰ ਦੇਣਾ ਤੈਅਤ ਕੀ ਤੁਸੀਂ ਕਾਂਗਰਸ ਪਾਰਟੀ ਵੱਲੋਂ ਆਹ ਹੈਗੇ ਕਾਂਗਰਸ ਗੈਸ ਦੇ ਨਾਲ ਉਹ ਹੱਡਾ ਜਾ ਰਿਹਾ ਸਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਪਾਲ ਸਾਹਿਬ ਨੇ ਐਲਾਨ ਕੀਤਾ ਹੈ ਕਿ ਜਨਤਾ ਤੈਅ ਕਰੂਗੀ ਸੀਐਮ ਚਹਿਰਾ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਹਿਰਾ ਭਗਵੰਤ ਮਾਨ ਉਹ ਕਿਉਂ ਹਾਂਜੀ ਕਿਉਂਕਿ ਪੰਜਾਬ ਦੇ ਜੂ ਹੈ ਨਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਆ ਤਾਂ ਕਰਕੇ ਤੁਸੀਂ ਭਗਵੰਤ ਮਾਨ ਨੂੰ ਚਾਹੁੰਦੇ ਹੋ ਹਾਂਜੀ ਸਰ ਤੁਸੀਂ ਤੁਹਾਨੂੰ ਜੇ ਮੌਕਾ ਮਿਲੇ ਤੁਸੀਂ ਕਿਹਨੂੰ ਚਾਹੋਗੇ ਸੀਐਮ ਚਹਿਰਾ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਵੱਲੋਂ ਤਾਂ ਭਗਵੰਤ ਮਾਨ ਨੂੰ ਚਾਹਾਂਗੇ ਕਿਉਂਕਿ ਉਹ ਪੰਜਾਬ ਦਾ ਆਪਣੇ ਤੇ ਉਹਨੂੰ ਮੌਕਾ ਦਿੱਤਾ ਜਾਵੇ ਇੱਕ ਰਾਂ ਤੇ ਵੇਖਿਆ ਜਾ ਸਕਦਾ ਹੈ ਕਿ ਮਤਲਬ ਆਪਣਾ ਹੋ ਸਕਦਾ ਪੰਜਾਬ ਦਾ ਕੋਈ ਵੀ ਅੱਗੇ ਵਧੀਆ ਮੈਸੇਜ ਕਾਲ ਕਰੋਗੇ ਉਸ ਨੰਬਰ ਤੇ ਹਾਂਜੀ ਕਰਾਂਗੇ ਜੀ ਸਰ ਤੁਸੀਂ ਦੱਸੋ ਆਮ ਆਦਮੀ ਪਾਰਟੀ ਵੱਲੋਂ ਇੱਕ ਐਲਾਨ ਹੋਇਆ ਹੈ ਕਿ ਜਨਤਾ ਤੈਅ ਕਰੂਗੀ ਸੀਐਮ ਚਹਿਰਾ ਪੰਜਾਬ ਦਾ ਸੀਐਮ ਚਹਿਰਾ ਉਹਨਾਂ ਵੱਲੋਂ ਤੁਸੀਂ ਕਿਹਨੂੰ ਚਾਹੋਗੇ ਇਹ ਤਾਂ ਝਾੜੂ ਵਾਲੇ ਚਾਵਾਂਗੇ ਆਮ ਪਾਰਟੀ ਜੀ ਉਹਨਾਂ ਵੱਲੋਂ ਜੇ ਕਿਸੇ ਦਾ ਨਾਮ ਲੈਣਾ ਹੋਵੇ ਇੱਕ ਕਿਸੇ ਇੱਕ ਜਾਨੇ ਦਾ ਤੁਸੀਂ ਕੀ ਦਾ ਨਾਮ ਲਾਉਂਗੇ ਭਗਵੰਤ ਮਾਨ ਦਾ ਜੀ ਕਿਉਂ ਭਗਵੰਤ ਮਾਨ ਤੁਸੀਂ ਕਿਉਂ ਚੱਲ ਰਹੇ ਹੋ ਸੀਐਮ ਚੇਰਾ ਕੰਮ ਕਰਨ ਵਾਸਤੇ ਸਭ ਤੋਂ ਅੱਛਾ ਹੈ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਇੱਕ ਵਾਰ ਤੁਹਾਨੂੰ ਲੱਗਦਾ ਭਗਵੰਤ ਮਾਨ ਫਰਕ ਲਿਆਉਣਗੇ ਪੰਜਾਬ 'ਚ ਹਾਂ ਪੂਰਾ ਪੰਜਾਬ ਨੂੰ ਸੰਭਾਲਣਗੇ ਸਰ ਤੁਸੀਂ ਦੱਸੋ ਆਮ ਆਦਮੀ ਪਾਰਟੀ ਵੱਲੋਂ ਜੇ ਸੀਐਮ ਚੇਰਾ ਚੁਣਨਾ ਹੋਵੇ ਤੁਸੀਂ ਕਿਹਨੂੰ ਦੇਖਣਾ ਜਾਓਗੇ ਭਗਵੰਤ ਮਾਨ ਨੂੰ ਜੀ ਕਿਹੜੀ ਗੱਲਾਂ ਚੰਗੇ ਕੰਮ ਕਰਦੀ ਵਧੀਆ ਪਾਰਟੀ ਹੈ ਹਾਂਜੀ ਤੇ ਤੀਜੀ ਪਾਰਟੀ ਨੂੰ ਮੌਕਾ ਮਿਲਣਾ ਚਾਹੀਦਾ ਸਾਡੀ ਵੋਟ ਫੇਰ ਆਮ ਆਦਮੀ ਪਾਰਟੀ ਨੂੰ ਜਾਓ ਬਿਲਕੁਲ ਜੀ ਬਿਲਕੁਲ ਚਾੜੂ ਨੂੰ ਵੋਟ ਪਾਉਣੀ ਹੈ ਸਰ ਆਮ ਆਦਮੀ ਪਾਰਟੀ ਵੱਲੋਂ ਕੁਝ ਟਾਈਮ ਪਹਿਲਾਂ ਐਲਾਨ ਹੋਇਆ ਹੈ ਕਿ ਤੁਸੀਂ ਤੈਅ ਕਰ ਸਕਦੇ ਹੋ ਸੀਐਮ ਚਿਹਰਾ ਤੁਸੀਂ ਕਿਹਨੂੰ ਦੇਖਣਾ ਚਾਹੋਗੇ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਿਹਰਾ ਅਸੀਂ ਜੀ ਦੋਵੇਂ ਪਾਰਟੀਆਂ ਵੇਖ ਚੁੱਕੇ ਹਾਂ ਕਾਂਗਰਸ ਵੀ ਅਕਾਲੀ ਦਲ ਵੀ ਵੇਖ ਚੁੱਕੇ ਹਾਂ ਅਸੀਂ ਗਲੀਆਂ ਨਾਲੀਆਂ ਤੇ ਸਹਿਮਤ ਨਹੀਂ ਰਹਿਣਾ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਬਹੁਤ ਲੋੜ ਆ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਐਜੂਕੇਸ਼ਨ ਫ੍ਰੀ ਕਰਾਂਗੇ ਦੂਸਰਾ ਸਰ ਸੀਐਮ ਚਾਰਾ ਕਿਹਨੂੰ ਚੁਣਨਾ ਚਾਹੁੰਦੇ ਹੋ ਕਿਸ ਰੀਵਾਲ ਨੂੰ ਚਾਹੁੰਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਰੀਵਾਲ ਸਾਹਿਬ ਆਪ ਆ ਕੇ ਸੀਐਮ ਚਾਰਾ ਬਣ ਪੰਜਾਬ ਦਾ ਹਾਂਜੀ ਭਗਵੰਤ ਮਾਨ ਵੀ ਆਜਨ ਕੋਈ ਗੱਲ ਨਹੀਂ ਸਾਨੂੰ ਭਗਵੰਤ ਮਾਨ ਦੀ ਬੋਣਾਂ ਚੋ ਜੇ ਇੱਕ ਨਾਮ ਚੁਣਨਾ ਹੋਵੇ ਕਿਦਾ ਲਾਉਂਗੇ ਅਸੀਂ ਭਗਵੰਤ ਮਾਨ ਦਾ ਲਾਵਾਂਗੇ ਜੀ ਉਹ ਕਿਉਂ ਉਹ ਜੀ ਬਹੁਤ ਇਮਾਨਦਾਰ ਹੈ ਇਮਾਨਦਾਰੀ ਨਾਲ ਉਹਨਾਂ ਨੇ ਸੇਵਾ ਕੀਤੀ ਹੈ ਦੇਸ਼ ਦੀ ਕੋਈ ਉਹਦੇ ਵਿੱਚ ਮਤਲਬ ਵੀ ਉਹਨੇ ਗਲਤ ਨਹੀਂ ਪਾਇਆ ਕੋਈ ਜੋ ਵੀ ਕੀਤਾ ਉਹਨੇ ਬਹੁਤ ਵਧੀਆ ਕੀਤਾ ਹਾਂਜੀ ਤਿੰਨ ਵਾਰ ਰਹਿ ਚੁੱਕਿਆ ਐਮਪੀ ਫੇਸ ਕਰਕੇ ਉਹਨਾਂ ਨੂੰ ਅਸੀਂ ਚਾਹੁੰਦੇ ਆਂ ਵੀ ਭਗਵੰਤ ਮਾਨ ਸਾਹਿਬ ਜੀ ਸੀਐਮ ਦਾ ਚਿਹਰਾ ਬਣੋ ਤਾਂ ਇਹ ਕੀ ਤੁਹਾਡੀ ਵੋਟ ਆਮ ਆਦਮੀ ਪਾਰਟੀ ਨੂੰ ਹੈ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਕਿਉਂਕਿ ਗਲੀਆਂ ਨਾਲੀਆਂ ਤੇ ਆਪਣੀਆਂ ਕਾਂਗਰਸ ਨੇ ਬਣਾਈਆਂ ਕਾਲੀਆਂ ਨੇ ਬਣਾਈਆਂ ਉਹਨਾਂ ਤੇ ਨਹੀਂ ਅਸੀਂ ਸਹਿਮਤ ਰਹਿਣਾ ਸਾਨੂੰ ਆਪਣੇ ਬੱਚਿਆਂ ਦੀ ਭਵਿੱਖ ਦੀ ਲੋੜ ਆ ਤੇ ਸਾਨੂੰ एजुकेशन ਦੀ ਲੋੜ ਆ ਸਾਨੂੰ ਜੋ ਸਾਡੇ ਜੋ ਗਰੀਬ ਜਨਤਾ ਉਹਨਾਂ ਦੇ ਜੋ ਬਿਮਾਰ ਹੁੰਦੇ ਆ ਲੋਕ ਉਹਨਾਂ ਦੀ ਜਿਹੜੀ ਇਲਾਜ ਹੋ ਫਰੀ ਹੋਵੇ ਹਾਂਜੀ ਕੇਂਦਰੀਵਾਲ ਨੇ ਸਾਹਿਬ ਨੇ ਕਿਹਾ ਵੀ ਅਸੀਂ ਉਹਨਾਂ ਦਾ ਇਲਾਜ ਫਰੀ ਕਰਾਂਗੇ ਤੇ ਜੇ ਸਾਨੂੰ ਇਹ ਦੋਵੇਂ ਚੀਜ਼ਾਂ ਮਿਲ ਜਾਂਦੀ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਜੀ ਨਾ ਸਾਨੂੰ ਗਲੀਆਂ ਲੋੜ ਗਲੀਆਂ ਨਾਲੀਆਂ ਦੀ ਲੋੜ ਹੈ ਜੀ ਨਾ ਸਾਨੂੰ ਕਿਸੇ ਦੀ ਲੋੜ ਹੋਰ ਕਿਸੇ ਚੀਜ਼ ਦੀ ਲੋੜ ਸਾਨੂੰ ਦੀ ਜੇ ਦੋ ਚੀਜ਼ਾਂ ਹੀ ਚਾਹੁੰਦੇ ਆ ਵੀ ਸਾਨੂੰ ਮਿਲ ਜਾਣਾ ਸਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕੇਜਵਲ ਸਾਹਿਬ ਵੱਲੋਂ ਕੁਸ਼ਟਾਂ ਪਹਿਲਾਂ ਐਲਾਨ ਹੋਇਆ ਹੈ ਕਿ ਜਨਤਾ ਤੈਅ ਕਰੂਗੀ ਪੰਜਾਬ ਦਾ ਸੀਐਮ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਆਪ ਵੱਲੋਂ ਸੀਐਮ ਚਾਰਾ ਭਗਵੰਤ ਮਾਨ ਤੁਸੀਂ ਕਿਉਂ ਚਾਹੁੰਦੇ ਹੋ ਭਗਵੰਤ ਮਾਨ ਵਧੀਆ ਇਨਸਾਨ ਹੈ ਜੀ ਵਧੀਆ ਇਨਸਾਨ ਨੇ ਉਹ ਬਸ ਉਹਨੂੰ ਚਾਹੁੰਦੇ ਆਪਾਂ ਤਾਂ ਤੁਸੀਂ ਮੌਕਾ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਬਿਲਕੁਲ ਬਿਲਕੁਲ ਸਰ ਆਮ ਆਦਮੀ ਪਾਰਟੀ ਵੱਲੋਂ ਐਲਾਨ ਹੋਇਆ ਹੈ ਕਿ ਜਨਤਾ ਤੈਅ ਕਰ ਸਕਦੀ ਹੈ ਪੰਜਾਬ ਦਾ ਮੁੱਖ ਮੰਤਰੀ ਤਾਂ ਤੁਸੀਂ ਕਿਹਨੂੰ ਚੁਣਨਾ ਚਾਹੋਗੇ ਪੰਜਾਬ ਦਾ ਸੀਐਮ ਮੈਡਮ ਅਸੀਂ ਆਮ ਆਦਮੀ ਵਾਲੇ ਅਜੇ ਹੋਏ ਨਹੀਂ ਜੀ ਠੀਕ ਹੈ ਨਾ ਜੀ ਮੈਂ ਅਜੇ ਚਾਹੁੰਦਾ ਨਹੀਂ ਆਮ ਆਦਮੀ ਪਾਰਟੀ ਨੂੰ ਠੀਕ ਹੈ ਜੀ ਤੁਸੀਂ ਵੋਟ ਕਿਸ ਔਰ ਨੂੰ ਪਾਉਣੀ ਹੈ ਹਾਂਜੀ ਅਸੀਂ ਅਜੇ ਵੋਟ ਕਾਂਗਰਸ ਨੂੰ ਪਾਉਣੀ ਹੈ ਜੀ ਤੁਸੀਂ ਕਾਂਗਰਸੀ ਹੋ ਹਾਂਜੀ ਕਾਂਗਰਸੀਆਂ ਜੀ ਹਾਂਜੀ ਸਰ ਤੁਸੀਂ ਕਿਹਨੂੰ ਚਾਹੁੰਦੇ ਹੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਚੇਰਾ ਓ ਮੈਡਮ ਅਸੀਂ ਕਿਹਨੂੰ ਚਾਹਣਾ ਚਲੋ ਜੋ ਵੀ ਆ ਜਾਏਗਾ ਜੋ ਵੀ ਆਏਗਾ ਚੰਗਾ ਹੀ ਆਏਗਾ ਹਾਂਜੀ ਤੁਹਾਡੇ ਜਨਤਾ ਦੇ ਹੱਥ 'ਚ ਆਏ ਤੁਸੀਂ ਹੁਣ ਸੀਐਮ ਚੇਰਾ ਆਪ ਦਾ ਚੁਣ ਸਕਦੇ ਹੋ ਤੁਹਾਨੂੰ ਮੌਕਾ ਦਿੱਤਾ ਗਿਆ ਤਾਂ ਕਿਸੇ ਜੇ ਇੱਕ ਦਾ ਨਾਮ ਲੈਣਾ ਹੋਵੇ ਤੁਸੀਂ ਕਿਹਦਾ ਲਾਉਂਗੇ ਅਸੀਂ ਤਾਂ ਹੀ ਸੁਖਬੀਰ ਸਿੰਘ ਬਾਦਲ ਦਾ ਲਾਵਾਂਗੇ ਸਰ ਉਹ ਤਾਂ ਕਾਲੀਏ ਹਾਂਜੀ ਕਾਲੀਏ ਨੇ ਤਾਂ ਤੁਸੀਂ ਅਕਾਲੀਆਂ ਨੂੰ ਪਾਉਣੀ ਆਂ ਹਾਂਜੀ ਅਕਾਲੀਆਂ ਨੂੰ ਪਾਉਣੀ ਸਰ ਆਮ ਆਦਮੀ ਪਾਰਟੀ ਵੱਲੋਂ ਕੁਝ ਟਾਈਮ ਪਹਿਲਾਂ ਐਲਾਨ ਹੋਇਆ ਹੈ ਕਿ ਜਨਤਾ ਤੈਅ ਕਰ ਸਕਦੀ ਹੈ ਸੀਐਮ ਚਿਹਰਾ ਪੰਜਾਬ ਦਾ ਤੁਸੀਂ ਕਿਹਨੂੰ ਚਾਹੁੰਨੇ ਹੋ ਐਵੇਂ ਹੀ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਨੂੰ ਚਾਹੁੰਨੇ ਹੋ ਉਹ ਪੁਰਾਣਾ ਚਿਹਰਾ ਹੈ ਉਹਨੇ ਮਿਹਨਤ ਬੜੀ ਕੀਤੀ ਹੈ ਬਹੁਤ ਪਾਰਟੀ ਦੇ ਨਾਲ ਨਿਭਿਆ ਜਿਹੜੇ ਬੰਦੇ ਬਹੁਤ ਜਿਹੇ ਭੱਜ ਗਏ ਆ ਬਾਕੀ ਉਹ ਬੰਦਾ ਬਹੁਤ ਨਰਸ ਕੋ ਨੂੰ ਬਹੁਤ ਜ਼ਿਆਦਾ ਜ਼ਰਾ ਦਿਨ ਦੇਣਾ ਚਾਹੀਦਾ ਤਕ ਕਿ ਕਿਹੜੀ ਪਾਰਟੀ ਨਾਲ ਖੜੇ ਹੋ ਤੁਸੀਂ? ਇਹ ਤਾਂ ਕਾਂਗਰਸਾ ਖੜੇ ਆ। ਇਹ ਕਾਂਗਰਸ ਨਾਲ ਖੜੇ ਆ। ਕਾਰਾਂ ਦੀ ਪਾਰਟੀ ਸਾਡੇ ਨਾਲ ਕੋ ਦਿੰਦੇ। ਬਈ ਬੀਬੀ ਜੀ ਤੁਸੀਂ ਦੱਸੋ ਆਮ ਆਦਮੀ ਪਾਰਟੀ ਵੱਲੋਂ ਆਹ ਦੱਸਣ ਦੇ ਭਾਈ। ਤੁਸੀਂ ਵੀ ਦੱਸੋ ਬੀਬੀਆਂ ਦੀ ਆਵਾਜ਼ ਵੀ ਅੱਗੇ ਆਉਣੀ ਚਾਹੀਦੀ ਹੈ। ਮੈਂ ਨਹੀਂ ਦੱਸ ਸਕਦੀ। ਜਦੋਂ ਇਹ ਜਾਣ ਕੇ ਅਧਰੇ ਮੈਂ ਜਾਊਂਗੀ। ਤਾਂ ਤੁਸੀਂ ਉਹਨਾਂ ਨੂੰ ਹੀ ਵੋਟ ਪਾਉਣੀ ਹੈ ਜਿਨ੍ਹਾਂ ਨੂੰ ਇਹ ਪਾਉਣਗੇ? ਹਾਂਜੀ। ਤੁਹਾਡੀ ਆਪਣੀ ਕੋਈ ਆਵਾਜ਼ ਨਹੀਂ। ਮੁੰਡੇ ਵਾ ਖਿੱਲਰ ਕੇ ਪਾਲਾਂਗੇ, ਮੁੰਡੇ ਬੱਚੇ ਵੱਖਰੇ ਪਾਲਣਗੇ ਅਸੀਂ ਆਪ ਕਿਰਪਾ ਨਾਲ। ਠੀਕ ਹੈ। ਦੇ ਮੇਰੇ ਬੰਦਿਆ ਯਾਰ ਸਰ ਆਮ ਆਦਮੀ ਪਾਰਟੀ ਵੱਲੋਂ ਐਲਾਨ ਹੋਇਆ ਹੈ ਕਿ ਜਨਤਾ ਤੈ ਕਰ ਸਕਦੀ ਹੈ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਕਿਹਨੂੰ ਚਾਹੁੰਦੇ ਹੋ ਉਹ ਕਿਹਦਾ ਚਿਹਰਾ ਦੇਖਣਾ ਚਾਹੁੰਦੇ ਹੋ ਭਗਵੰਤ ਮਾਨ ਦਾ ਭਗਵੰਤ ਮਾਨ ਨੂੰ ਚਾਹੁੰਦੇ ਹੋ ਉਹ ਕਿਉਂ ਕਿਉਂਕਿ ਉਹ ਪੁਰਾਣਾ ਬੰਦਾ ਭਗਵੰਤ ਮਾਨ ਜੁੱਜਾ ਕਿ ਨਹੀਂ ਆਮ ਆਦਮੀ ਦੇ ਨਾਲ ਹੀ ਰਹਿਆ ਬੜੇ ਚਿਰ ਦਾ ਤਾਂ ਕਰਕੇ ਤੁਸੀਂ ਕੀ ਕਹਿੰਦੇ ਹੋ ਸਰ ਤੁਹਾਡੀ ਕੀ رائے ਸਾਡੀ ਇਹੀ رائے ਹੈ ਕਿ ਭਗਵੰਤ ਮਾਨ ਸਾਡਾ ਸੀਐਮ ਅੱਜ ਦਾ ਚਿਹਰਾ ਹੋਣਾ ਚਾਹੀਦਾ ਤਦ ਨੂੰ ਕਿਉਂ ਲੱਗਦਾ ਹੈ ਕਿ ਭਗਵਾਨਤਮਾਨ ਆ ਕੇ ਪੰਜਾਬ ਚ ਵਿਕਾਸ ਕਰਨਗੇ ਜਾਂ ਕੁਝ ਜਿਹੜੀ ਜ ਬਹੁਤ ਵਿਕਾਸ ਕਰ ਰਹੇ ਆ ਉਹਨਾਂ ਦਾ ਜੇ ਇੱਥੇ ਪੰਜਾਬ ਚ ਆ ਗਏ ਤੇ ਬਹੁਤ ਹੀ ਵਧੀਆ ਪੰਜਾਬ ਦਾ ਸੰਸਕਰ ਕਰਨਗੇ ਤਾਂ ਐਤ ਕੀ ਤੁਹਾਡੀ ਵੋਟ ਕਿਹਨੂੰ ਜਾਣੀ ਆ ਭਗਵਾਨਤਮਾਨ ਸਰ ਆਮ ਆਦਮੀ ਪਾਰਟੀ ਵੱਲੋਂ ਐਲਾਨ ਹੋਇਆ ਹੈ ਕਿ ਜੀਵਲ ਸਾਹਮਣੇ ਕਿਹਾ ਕਿ ਜਨਤਾ ਤੈਅ ਕਰੂਗੀ ਸੀਐਮ ਪੰਜਾਬ ਦਾ ਤੁਸੀਂ ਕਿਹਨੂੰ ਚਾਹੁੰਦੇ ਹੋ ਸੀਐਮ ਚਹਿਰਾ ਅਸੀਂ ਤਾਂ ਸ਼ੋਮਣੀ ਅਕਾਲੀ ਦਲ ਦੇ ਬੱਚੇ ਆ ਅਸੀਂ ਤਾਂ ਸੁਖਬੀਰ ਬਾਦਲ ਨੂੰ ਹੀ ਚਾਹੁੰਦੇ ਆ ਅਸੀਂ ਆਹ ਪਾਰਟੀ ਦਾ ਸਾਡਾ ਕੋਈ ਲਾਖਾ ਦੇਖਣੀ ਆ ਪਰ ਜਿੰਨੀ ਭਗਵੰਤ ਮਾਨ ਨੇ ਮਿਹਨਤ ਕੀਤੀ ਆ ਸੀਐਮ ਦੇ ਚਿਹਰੇ ਵਾਸਤੇ ਉਹੋ ਹੀ ਠੀਕ ਆ ਕੇਂਦਰੀਵਾਲ ਬਾਹਰੋਂ ਆਇਆ ਸਾਨੂੰ ਉਹਦਾ ਪਤਾ ਨਹੀਂ ਪਰ ਜਿਹੜਾ ਭਗਵੰਤ ਮਾਨ ਹੈ ਉਹ ਪੰਜਾਬ ਦੇ ਵਿੱਚ ਹੈ ਪੰਜਾਬ ਦਾ ਹੈ ਉਹ ਕੁਝ ਨਾ ਕੁਝ ਪੰਜਾਬ ਦਾ ਸੋਚੂਗਾ ਬਾਹਰੋਂ ਆ ਕੇ ਕਹਿਨੇ ਨਹੀਂ ਸੋਚਣਾ ਬਾਕੀ ਅਸੀਂ ਇਹ ਚੋਣੇ ਆ ਵੀ ਸਾਡੀ ਪਾਰਟੀ ਅਕਾਲੀ ਦਲ ਅਸੀਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਚੋਣੇ ਆ ਕਿ ਉਹ ਹੀ ਆ ਸਰ ਤੁਸੀਂ ਕਿਹਨੂੰ ਦੇਖਣਾ ਜਾਓਗੇ ਪੰਜਾਬ ਦਾ ਸੀਐਮ ਚਿਹਰਾ ਆਮ ਆਦਮੀ ਪਾਰਟੀ ਵੱਲੋਂ ਮੈਡਮ ਚਿਹਰਾ ਕੋਈ ਵੀ ਹੋਵੇ ਕੰਮ ਚੰਗੇ ਕਰਨ ਚਿਹਰੇ ਨੂੰ ਕੀ ਕਰਨਾ ਵਾ ਤੇਰੇ ਸਾਰੇ ਨੇ ਦਿਖਾ ਦਿੱਤੇ ਆ ਸੋਹਣੇ ਕੰਮ ਕਰਨ ਅਸੀਂ ਤਾਂ ਇਹ ਚਾਉਨੇ ਆ ਠੀਕ ਹੈ ਜੀ ਅਸੀਂ ਵੀ ਮਤਲਬ ਹੈ ਅਸੀਂ ਵੀ ਸ਼ਰਮਨੀ ਕਾਲੀਦਲ ਵਡੋਵਾ ਸਾਹਿਬ ਦੇ ਨਾਲ ਆ ਇਹਦੇ ਕਰਕੇ ਅਸੀਂ ਤੇ ਚਾਉਨੇ ਵੀ ਵਡੋਵਾ ਸਾਹਿਬ ਹੀ ਆਉਣ ਸੁਖਵੀਰ ਬਾਦਲੇ ਆਉਣ ਸਰ ਆਮ ਆਦਮੀ ਪਾਰਟੀ ਵੱਲੋਂ ਐਲਾਨ ਹੋਇਆ ਕੁਝ ਟਾਈਮ ਪਹਿਲਾਂ ਹੀ ਕੇ ਜੀਵਾਲ ਸਾਹਿਬ ਨੇ ਕਿਹਾ ਕਿ ਜਨਤਾ ਤੈ ਕਰੂਗੀ ਪੰਜਾਬ ਦਾ ਸੀਐਮ ਚਿਹਰਾ ਉਹਨਾਂ ਵੱਲੋਂ ਤੁਸੀਂ ਕਿਹਨੂੰ ਚਾਹੁੰਦੇ ਹੋ ਪੰਜਾਬ ਦਾ ਸੀਐਮ ਚਿਹਰਾ ਬਣ ਸਰ ਉਹ ਤਾਂ ਉਹਨ ਨੂੰ ਸਰ ਉਹ ਤਾਂ ਐਮਐਲਏ ਹੈ ਨਾ ਸੀਐਮ ਚਿਹਰਾ ਕਿਹਨੂੰ ਚਾਹੁੰਦੇ ਹੋ ਤੁਸੀਂ ਉਹ ਆਮ ਪਾਰਟੀ ਨੂੰ ਆਮ ਪਾਰਟੀ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਿਹਰਾ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਅਸੀਂ ਤੇ ਇਹੋ ਜਾਣਦੇ ਆ ਵੀ ਉਹੋ ਹੀ ਆਪਣਾ ਆਵੇ ਕੇਂਦਰੀ ਵਾਲਾ ਦੇ ਕੇ ਜੀਵਾਲ ਸਾਹਿਬ ਆਪ ਆਉਣ ਉਹ ਅਸੀਂ ਉਹਨਾਂ ਨੂੰ ਵੋਟਾਂ ਦੇ ਵੀ ਹੋਰ ਸਰਕਾਰ ਬਣੇ ਤੇ ਕੋਈ ਥੋੜਾ ਬੋਲ ਸੁਧਾਰ ਹੋਵੇ ਸੀ ਜਨਯੋਗੀ ਉਹ ਆਪ ਦਿੱਲੀੋਂ ਪੰਜਾਬ ਚ ਆ ਕੇ ਪੰਜਾਬ ਦਾ ਮੁੱਖ ਮੰਤਰੀ ਬਣਨੀ ਚਾਹੀਦੀ ਆ ਸਰਕਾਰ ਉਹਨਾਂ ਦੀ ਬਣ ਗਈ ਤਾਂ ਸੀਐਮ ਚਾਰਾ ਕਿਹਨੂੰ ਦੇਖਣਾ ਜਾਓਗੇ ਭਗਵਾਨ ਤੁਮਾਰ ਉਹ ਕਿਉਂ ਜੀ ਹੈ ਉਹ ਕਿਉਂ ਓਏ ਉਹ ਕਿਉਂ ਬਈ ਸਾਡੇ ਸਾਡ ਨੂੰ ਚੰਗਾ ਹੀ ਉਹ ਲੱਗਾ ਦੇ ਵੀ ਸਾਡੇ ਨਾਲ ਦੂਜੇ ਦੇ ਸਾਬ ਤੁਹਾਨੂੰ ਪਤਾ ਕਿਤਰਾ ਦੇ ਗਏ ਆ ਚਾਤ ਕੀ ਵੋਟ ਤੁਸੀਂ ਕਿਹਨੂੰ ਪਾਉਣੀ ਆ ਹਾਂ ਪਾਰਟੀ ਨੂੰ ਛਾੜੂ ਨੂੰ ਤਾਂ ਇਹ ਸੀ ਮਾਜੇ ਦੀ ਜਨਤਾ ਦੀ ਰਾਏ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ 70748 70748 ਤੇ ਆਪਣੇ SMS ਜਾਂ ਕਾਲ ਕਰਕੇ ਬਾਕੀ ਦੇਖਿਆ ਜਾਊਗਾ ਕਿ ਕੇਜਰੀਵਾਲ ਸਾਹਿਬ ਸੀਐਮ ਚਿਹਰੇ ਦੀ ਮੋਰ ਕਿਦੇ ਨਾਮ ਤੇ ਲਾਉਂਦੇ ਆ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਹਾਂ ਸੀਰਤ ਸੰਧੂ ਪ੍ਰੋ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ